हाँ जी कि सारे सारा सत श्रीकाल जी, मैं इंद्रजीत सिंह पिंड नरूड़ वाला थानू सरी च दो तीन प्लाजिया च घट्टो घट्ट 1000 इमीग्रेसन वाले थानू दिखाना जी। तो कई पुछते रहेंगे भाजी टूरिस्ट वर्क परमिट चेंज होजू सारा ही कुछ, तो तुम सही गिनती लानी है जी किन्ने इमीग्रेसन वाले है दो तीन प्लाजिया थानू दिखाना जी। जल्दी जल्दी शेयर कर दौ तो सारे ही जोड़े थोड़े सवाल आ, तो आप किसी इमीग्रेसन वाले इस माड़ा नहीं कहना, आप बस दिखा है जी इतने घट्टो घट्ट तीन प्लाजिया 1000 इमीग्रेसन वाले आ, तो टोटल तुम गिन लियो। तो अपने भाजी जग्गा टूसे वाला भाजी का धूम रेस्टोरेंट है वो सामने, तो शुरू करते हैं जी इमीग्रेसन वाले आप कल्ले गिनने हैं, तो सारे ही दस्यो किन्ने आ है ना। थोड़े सारे का सवाल आता भाजी टूरिस्ट नूं वर्क परमिट मिल जू, सब कुछ मिलता होर भरावो इन्होंने बिकसकी गोली लोग खिच खिच दूर करो ली बैठे आ। आप किसी नूं माड़ा चंगा नहीं कहना, पर मैनू पता इन्ने के एरिए कई बेचारियां दे दिल टुटदे आ, कई दे लखां करोड़ां रुपये सवाह हुंदे आ, ते इदां बैठ बैठ कई सोचा लैके इत्थे पहुँचते आ, फिर जदों इन्हां प्लाजियां च आउंदे ते किहड़े दुख सहने पैंदे तुहानूं सारे ही दस्सांगे। सो आपां किसे दा नां नहीं लैणा, आपां बस इमीग्रेशन वालिआं दे नां दिखाउणे आ तुहानूं भई 1000 दुकान आ घट्टो घट्ट आ, दो इक इह प्लाजा इक उह ते उधर। ते आ जाओ भरावो, आ जाओ आ जाओ आ जाओ आ जाओ, खल वाली बोरी बड़ेमे बाहर कट के लियाउणी सी भर के डालरां दी, ते आ जाओ ते शुरू करदे आ ਇਸੇ ਪਲਾਜੇ ਤੋਂ ਹੈ ਨਾ। ਇੱਧਰ ਆ ਜੀ, ਚਲੋ ਜੀ ਇੱਧਰੋਂ ਸ਼ੁਰੂ ਕਰ ਦਿੰਦੇ ਹਾਂ। ਗਿਣੀ ਚੱਲਿਓ ਆਈਡੀਆ ਇਮੀਗ੍ਰੇਸ਼ਨ, ਗਿਣੀ ਚੱਲਿਓ ਟੋਟਲ 1000 ਆ ਮੈਂ ਦੱਸਿਆ। ਇੱਕ ਉਹ ਆ ਵੀਕੈਨ ਇਮੀਗ੍ਰੇਸ਼ਨ, ਹਾਂਜੀ, ਅਤੇ ਬਾਕੀ ਸਾਰੀਆਂ ਤੁਹਾਨੂੰ ਦਿਖਾਊਂਗਾ ਤਿੰਨਾਂ ਪਲਾਜਿਆਂ। 30-40 ਮਿੰਟ ਦੀ ਵੀਡੀਓ ਹੋਣੀ, ਸਾਰੇ ਪਾਸੇ ਸ਼ੇਅਰ ਕਰਿਓ। ਅਤੇ ਇੱਥੇ ਸਭ ਕੁਛ ਮਿਲਦਾ ਜੀ, ਭੰਗ, ਅਫੀਮ, ਡੋਡੇ, ਚਿੱਟਾ, ਕਾਲਾ, ਜੋ ਤੁਹਾਨੂੰ ਚਾਹੀਦਾ, ਕੂਲਿਪ, ਉੜਤਾ ਪੰਛੀ ਉਹ ਪਾਣਾ ਸਨੈਕਸ, ਉੜਤਾ ਪੰਛੀ, ਕੂਲਿਪ, ਆਪਾਂ ਇਮੀਗ੍ਰੇਸ਼ਨ ਵਾਲੇ ਦਿਖਾਉਣ ਆਏ ਹਾਂ ਸਪੈਸ਼ਲੀ। ਸੋ ਆਪਾਂ ਉਹ ਦਿਖਾਉਣੇ ਹੈ ਨਾ ਤੁਹਾਨੂੰ, ਵੀ ਇੱਥੇ ਘੱਟੋ ਘੱਟ 1000 ਇਹਨਾਂ ਦੋ ਤਿੰਨ ਪਲਾਜਿਆਂ 'ਚ ਹੀ ਆ। 1000, ਹਾਂ ਸਹੀ ਸੁਣਿਆ ਤੁਸੀਂ, 1000। ਸੋ ਵਾਰ ਵਾਰ ਨਾ ਪੁੱਛਿਆ ਕਰੋ ਭਾਅ ਜੀ ਟੂਰਿਸਟ ਨੂੰ ਵਰਕ ਪਰਮ ਮਿਲ ਜੂ, ਬਾਈ ਬੋਰੀ ਭਰ ਕੇ ਲਿਆਇਆ ਕਰੋ ਰੁਪਈਆਂ ਦੀ, ਬਸ ਇੰਨਾ ਤੁਹਾਨੂੰ ਦੱਸਤਾ। ਅਤੇ ਉਹ ਅਤੇ ਬਾਕੀ ਤੇਜ਼ ਤੇਜ਼ ਤੁਰ ਕੇ ਹੈ ਨਾ। ਇੱਕ ਉਹ ਲਿਖਿਆ ਜੀ ਇਹ ਟੋਪ ਇਮੀਗ੍ਰੇਸ਼ਨ, ਹਾਂਜੀ। ਅਤੇ ਹੋਰ ਦੇਖਿਓ ਬਾਈ ਜੀ, ਇਕੱਠੇ ਹੀ ਆ 10-10, 20-20, ਫਿਰ ਉਹੀ ਗੱਲ, ਆਪਾਂ ਕਿਸੇ ਦਾ ਸਪੈਸ਼ਲੀ ਨਾਂ ਲੈ ਕੇ ਕਿਸੇ ਨੂੰ ਮਾੜਾ ਚੰਗਾ ਤਾਂ ਕਹਿਣਾ ਨਹੀਂ, ਆਪਾਂ ਤਾਂ ਇਹੀ ਦਿਖਾਉਣਾ ਵੀ ਇੱਥੇ ਇਮੀਗ੍ਰੇਸ਼ਨ ਦੀਆਂ ਕਿੰਨੀਆਂ ਸ਼ੋਪਾਂ ਆ, ਅਤੇ ਸਾਰੇ ਵਧੀਆ ਕਮਾਈ ਕਰਦੇ ਆ, ਟੌਪ ਦੀਆਂ ਗੱਡੀਆਂ ਮਿਹਨਤਾਂ ਦੇ ਨਾਲ ਲਈਆਂ ਆ, ਅਤੇ ਹੋਰ ਦਿਖਾਉਂਦੇ ਆ ਤੁਹਾਨੂੰ। ਅਤੇ ਉਹ ਅਤੇ ਆ ਜਾਓ ਇੱਕ ਆ ਜੀ ਕਨੇਡਾ ਵਾਈਡ ਇਮੀਗ੍ਰੇਸ਼ਨ, ਗਿਣੀ ਚੱਲਿਓ ਅਜੇ ਇਹ ਪਲਾਜੇ 'ਚ ਘੱਟ ਆ, ਉਹ ਗਾਂਹ ਜਿੱਥੇ ਜਾਣਾ ਉੱਧਰ ਦਿਖਾਉਂਦਾ ਤੁਹਾਨੂੰ ਕਨੇਡਾ ਵਾਈਡ ਇਮੀਗ੍ਰੇਸ਼ਨ। ਓਕੇ, ਸੋ ਮੇਰੇ ਅੱਜ ਵੀਡੀਓ ਦਾ ਮੇਨ ਮਕਸਦ ਇਹੀ ਆ ਭਰਾਵੋ, ਇੱਥੇ ਸਭ ਕੁਛ ਮਿਲ ਜਾਂਦਾ ਆ, ਇੱਥੇ ਬਸ ਇੱਕ ਮਰਿਓ ਬੰਦੇ ਦੀ ਜਾਨ ਨਹੀਂ ਪੈਂਦੀ ਸਰੀ 'ਚ, ਬਾਕੀ ਸਭ ਕੁਛ ਟੂਰਿਸਟ ਨੂੰ ਵਰਕ ਪਰਮਿਟ ਸਭ ਕੁਛ, ਸਰਕਾਰਾਂ ਨੂੰ ਵੀ ਸਭ ਪਤਾ ਆ ਜੀ, LMO ਕਿੰਨੇ ਕਿੰਨੇ ਲੱਖ ਡਾਲਰ ਦੀਆਂ ਵਿਕਦੀਆਂ ਆ ਹੈ ਨਾ। ਫਿਰ ਉਹੀ ਗੱਲ, ਆਪਾਂ ਨਾ ਤਾਂ ਕਿਸੇ ਦਾ ਲੈਣਾ ਨਹੀਂ, ਚੰਗੇ ਵੀ ਬਹੁਤ ਆ ਹੈ ਨਾ ਇਹਨਾਂ ਕਮਰਿਆਂ 'ਚੋਂ, PR ਹੋ ਕੇ ਵੀ ਬਹੁਤ ਨਿਕਲਦੇ, ਰੋ ਰੋ ਕੇ ਵੀ ਬਹੁਤ ਨਿਕਲਦੇ, ਹਾਏ 3-4 ਵਰਕ ਪਰਮਿਟ ਮੈਂ ਲੈ ਲਏ ਆ, ਹਾਏ ਮੇਰਾ ਕੀ ਕਰੂੰ, ਮੈਨੂੰ ਕੰਮ ਨਹੀਂ ਮਿਲਦਾ। ਸੋ ਸਾਰੇ ਦੇਖੀ ਚੱਲਿਓ ਜੀ। ਓਕੇ, ਅਤੇ ਇੱਕ ਆ ਜੀ ਇਹ ਇੱਕ ਆ ਇਮੀਗ੍ਰੇਸ਼ਨ, ਇੱਕ ਓਵਰਸੀਜ ਇਮੀਗ੍ਰੇਸ਼ਨ, ਉਹਦੇ ਥੱਲੇ ਨੀਟ ਇਮੀਗ੍ਰੇਸ਼ਨ, ਉਹ ਦੇਖੋ ਹੈ ਨਾ। ਸੋ ਸਾਰੇ ਤੁਹਾਨੂੰ ਸਪੈਸ਼ਲੀ ਇਮੀਗ੍ਰੇਸ਼ਨ ਦਿਖਾਉਣੇ ਜੀ ਹੈ ਨਾ, ਅਤੇ ਇੱਕ ਆ ਇਮੀਗ੍ਰੇਸ਼ਨ। ਓਕੇ, ਅਤੇ ਉਹ ਪਲਾਜੇ ਚੱਲਦੇ ਜਿੱਥੇ ਇਕੱਠੇ ਹੀ 10-10 ਇਕੱਠੇ ਹੀ। ਸੋ ਇਹ ਵੀ ਪੈਸੇ ਕੰਮਾਂ ਹੀ ਆ ਉਹਨਾਂ ਦਾ, ਆਪਾਂ ਕਿਹੜਾ ਕੁਛ ਕਹਿੰਦੇ ਹਾਂ, ਆਪਾਂ ਤਾਂ ਇਹ ਕਹਿੰਦੇ ਹਾਂ ਬਈ ਇੱਥੇ ਸਭ ਕੁਛ ਮਿਲਦਾ ਜਿਹੜੇ ਨੇ, ਜੇ ਕਿਸੇ ਨੇ ਨਵਾਂ ਆਉਣਾ ਉਹਨਾਂ ਨੂੰ ਆਪਾਂ ਕਨੇਡਾ ਸਰੀ ਦਿਖਾ ਰਹੇ ਹਾਂ ਵੀ ਸਰੀ 'ਚ ਸਭ ਕੁਛ ਮਿਲਦਾ ਬਾਈ। ਫਿਰ ਉਹੀ ਗੱਲ, ਮਰਿਓ 'ਚ ਜਾਨ ਪੈ ਤੋਂ ਬਿਨਾਂ ਉੱਧਰ। ਹੁਣ ਮੈਂ ਉਸੇ ਪਲਾਜੇ 'ਚ ਚੱਲਾਂ ਜਿਹੜਾ ਨਾਲ ਦਾ, ਅਤੇ ਇਹ ਦਿਖਾਉਂਦੇ ਆ ਜੀ CMC ਇਮੀਗ੍ਰੇਸ਼ਨ ਹੈ ਨਾ। ਹੁਣ ਇਹ 'ਚ ਜ਼ਿਆਦਾ ਇਹ ਤੋਂ ਕਹਾਂ ਪਾਇਲ ਪਲਾਜਾ, ਸੋ ਉਹ ਤਾਂ ਹੈਗਾ ਹੀ ਇਮੀਗ੍ਰੇਸ਼ਨ ਦਾ ਹੈ ਨਾ। ਸੋ ਸਰੀ ਵਾਲਿਆਂ ਨੂੰ ਤਾਂ ਪਤਾ ਹੀ ਆ, ਸੋ ਬਾਕੀ ਵਹਿਮ ਦੂਰ ਕਰ ਦਈਏ ਜੇ ਕਿਸੇ ਨੇ ਇੰਡੀਆ ਤੋਂ ਜਾਂ ਯੂਰਪ ਤੋਂ ਜਾਂ ਕਿਤੇ ਵੀ ਆਉਣਾ, ਸਭ ਕੁਛ ਮਿਲਦਾ ਇੱਥੇ ਦੀਆਂ ਸੜਕਾਂ 'ਤੇ, ਕੂਲਿਪ, ਉੜਤਾ ਪੰਛੀ, ਹੈਂ ਕੂਲਿਪ ਹੈ ਨਾ। ਸੋ ਘਬਰਾਇਓ ਨਾ ਜੇ ਤੁਸੀਂ ਚਾਹੁੰਦੇ ਆ ਕਿਸੇ, ਤੁਸੀਂ ਨਸ਼ੇ ਦੀ ਸ਼ਿਕਾਰ ਆ, ਲੱਤ ਲੱਗੀ ਹੋ ਤੁਹਾਨੂੰ ਵੀ ਯਾਰ ਮੇਰਾ ਕੀ ਹੋਊ ਜੇ ਮੈਂ ਸਰੀ ਚੱਲ ਗਿਆ, ਮਿਲ ਜੂ ਸਭ ਕੁਛ ਮਿਲਦਾ ਬਾਈ ਜੀ। ਕੂਲੇ ਪੁੜਤੇ ਪੰਛੀ ਵੀ ਇੱਥੇ ਕਿਤੇ ਉੜਦੇ ਹੋਣੇ ਆ, ਲੈ ਨਾਲ ਹੀ ਪਿਆ ਆ ਝਾੜੀਆਂ ਦੇ ਵਿੱਚ ਮਿਲੇ ਉੜਤਾ ਪੰਛੀ ਜੀ, ਉੜਤਾ ਪੰਛੀ ਕੂਲੇ ਪੇ, ਦੱਸ ਹੋਰ ਦੱਸ ਕੀ ਭਾਲਦੀ ਹੈ, ਮਿਲੇ ਕੂਲੇ ਲਿਪ ਨਾਲ ਪੰਛੀ ਉੜਤਾ। ਹੁਣ ਉਹ ਦੂਜੇ ਪਲਾਜੇ ਚੱਲੇ, ਅਤੇ ਬਾਕੀ ਸਾਰੇ ਸ਼ੇਅਰ ਕਰਿਓ ਜੀ ਵੱਧੋ ਵੱਧ, ਤਾਂ ਜੋ ਹੈ ਨਾ ਕਰ ਲਓ ਥਾਂ ਥਾਂ ਜੋੜੀਆਂ। ਉਹ ਰੱਬਾ ਮੇਰੀ ਵੀ ਜੋੜੀ ਬਣਾ ਦੇ, ਭੈ ਤੰਬਾਕੂਆਂ ਦੀਆਂ ਜੋੜੀਆਂ ਇਕੱਠੀਆਂ ਇਕੱਠੀਆਂ ਪਈਆਂ, ਕੂਲਿਪ ਨਾ ਉੜਦਾ ਪੰਛੀ, ਤੂੰ ਹੀ ਆ ਇਕੱਲਾ ਇੰਦਰਜੀਤ ਸਿੰਘ, ਸਾਲੀਆਂ ਇੱਥੇ ਤਾਂ ਕੂਲਿਪ ਅਤੇ ਉੜਦੇ ਪੰਛੀ ਦੀਆਂ ਵੀ ਜੋੜੀਆਂ ਬਣੀਆਂ। ਆ ਜਾਓ ਅਤੇ ਬਾਕੀ ਦਿਖਾਉਂਦੇ ਹਾਂ ਤੁਹਾਨੂੰ
ਤੇ ਤੁਹਾਡੇ ਨਾਲ ਵੀ ਪੜ੍ਹਦੇ ਤੇ ਬਾਕੀ ਸੰਦੀਪ ਸਿੰਘ ਨੇ ਸਟਾਰ ਭੇਜੇ ਥੈਂਕ ਯੂ ਮਨਰੂਪ ਸਿੰਘ ਸਟਾਰ ਭੇਜੇ ਥੈਂਕ ਯੂ ਤੇ ਆਪਾਂ ਬਾਈ ਜੀ ਫਿਰ ਉਹੀ ਗੱਲ ਆਪਾਂ ਇਹ ਜੋ ਇਮੀਗ੍ਰੇਸ਼ਨ ਵਾਲੇ ਤਾਂ ਹੋਣੇ ਆਪਾਂ ਕਿਸੇ ਦੀ ਐਡ ਨਹੀਂ ਕਰਦੇ ਪਏ ਮੈਨੂੰ ਨਹੀਂ ਪਤਾ ਇਹ ਕੌਣ ਆ ਕਿੱਦਾਂ ਦੇ ਆ ਆਪਣਾ ਹਿਸਾਬ ਕਿਤਾਬ ਲਾ ਕੇ ਬਾਈ ਜੀ ਹੈ ਨਾ ਪਰ ਇੰਨਾ ਮੈਨੂੰ ਪਤਾ ਆ ਬੋਰੀ ਖਾਲਾ ਵਾਲੀ ਜੋ ਖਾ ਉੱਤਰੀ ਪਾਣੂ ਐਕਸੀਡੈਂਟ ਉੱਤਰੀ ਉੱਤਰੀ ਬਚ ਗਿਆ ਬਚ ਗਿਆ ਬਚ ਗਿਆ ਸਾਲੋ ਲਾਈਵ ਓਹ ਹੋ ਮੈਂ ਜਦੋਂ ਵੀ ਲਾਈਵ ਹੁੰਦਾ ਸਾਲੇ ਲਾਈਵ ਮੇਰੇ 'ਚ ਸੋਰੀ ਐਕਸੀਡੈਂਟ ਹੁੰਦਾ ਹੀ ਹੁੰਦਾ ਕਦਾਂ ਮੈਂ ਨੱਚੀਆਂ ਗਿਆ ਫਿਰ ਇੱਥੇ ਲੋਕਾਂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਦੋ ਗੱਲਾਂ ਆ ਜਾਓ ਹੋਰ ਦਿਖਾਉਂਦੇ ਹਾਂ ਇਸੇ ਪਲਾਜ਼ੇ 'ਚ ਦੇਖਿਓ ਹੁਣ ਕਿੰਨੇ ਆ ਅਤੇ ਬਾਈ ਜੀ ਸਭ ਕੁਛ ਮਿਲਦਾ ਆ ਪਹਿਲਾਂ ਤੁਸੀਂ 25-30 ਲੱਖ ਰੁਪਈਆ ਇੰਡੀਆ ਤੋਂ ਲਾ ਕੇ ਟੂਰਿਸਟ ਆਉਂਦੇ ਆ 25-30 ਲੱਖ ਲਾ ਕੇ ਇੱਥੇ ਪਰਮਿਟ ਲੈਂਦੇ ਆ ਉਹ ਪਰਮਿਟ 'ਚ ਨਹੀਂ ਪੀ ਆਰ ਹੁੰਦੀ ਫਿਰ ਹੋਰ ਪਰਮਿਟ ਹੀ ਲਈ ਜਾਂਦੇ ਕਈ ਵੀਰ ਮਿਲੇ ਬਾਈ 5-5 ਪਰਮਿਟ ਚੇਂਜ ਹੋ ਗਏ ਪੀ ਆਰ ਨਹੀਂ ਹੋਏ ਕੰਮ ਦਾ ਕੋਈ ਪਤਾ ਨਹੀਂ ਰਿਹਾਇਸ਼ ਦਾ ਕੋਈ ਪਤਾ ਨਹੀਂ ਸੋ ਇਟਲੀ ਤੋਂ ਬਹੁਤ ਬੰਦੇ ਆਏ ਸੀ ਮੁੜ ਗਏ ਇਟਲੀ ਵਾਲੇ ਤਾਂ ਜ਼ਿਆਦਾਤਰ ਉਹਨੀ ਹਾਲ ਦੇਖ ਲਿਆ ਇੱਥੇ ਬਹੁਤ ਮਾੜਾ ਹਾਲ ਆ ਲੁੱਟ ਜ਼ਿਆਦਾ ਆ ਹੈ ਨਾ ਸੋ ਇਹਨਾਂ ਕਮਰਿਆਂ 'ਚੋਂ ਬਹੁਤ ਹੰਝੂ ਸਾਰਿਆਂ 'ਚੋਂ ਖੁਸ਼ੀਆਂ ਵੀ ਨਿਕਲੀਆਂ ਹੰਝੂ ਵੀ ਬਹੁਤ ਨਿਕਲੇ ਆ ਹੈ ਨਾ ਅਤੇ ਆ ਜਾਓ ਹੁਣ ਤੁਹਾਨੂੰ ਹੋਰ ਦਿਖਾਉਂਦੇ ਆ ਅਤੇ ਬਾਕੀ ਲੋਕ ਦੇਖਦੇ ਗੱਡੀਆਂ 'ਚ ਬੈਠੇ ਪਈਏ ਤਾਂ ਉਹੀ ਡੱਬਿਆਂ ਦਾ ਮੁੰਡਾ ਲਾਈਵ ਭਰਾਵੋ ਮੇਰੀ ਰੋਜ਼ੀ ਰੋਟੀ ਆ ਮੈਂ ਕਹਿੰਦਾ ਤੁਹਾਡੇ ਤੋਂ ਸੰਗਤ ਨਹੀਂ ਆ ਜਾਓ ਹੁਣ ਤੁਹਾਨੂੰ ਇੱਧਰ ਦਿਖਾਉਂਦੇ ਹਾਂ ਅਤੇ ਕਿਸੇ ਦਾ ਕੋਈ ਸਵਾਲ ਦੱਸ ਦਿਓ ਤੁਹਾਡੇ ਸਾਰੇ ਹੀ ਗਿਲੇ ਸ਼ਿਕਵੇ ਦੂਰ ਕਰ ਦੇਣੇ ਆ ਤੁਹਾਨੂੰ ਏ ਬੀ ਸੀ ਵੀ ਨਹੀਂ ਆਉਂਦੀ ਤੁਹਾਡੇ ਕੋਲ ਪੈਸੇ ਜ਼ਿਆਦਾ ਇੱਥੇ ਆਓ ਖਾਲਸਾ ਕ੍ਰੈਡਿਟ ਯੂਨੀਅਨ ਪੰਜਾਬੀ 'ਚ ਲਿਖਿਆ ਆ ਲੋੜ ਹੀ ਨਹੀਂ ਅੰਗਰੇਜ਼ੀ ਦੀ ਨਾਗਣੀ ਮਿਲ ਜਾਂਦੀ ਭਰਾਵੋ ਹਾਂਜੀ ਹਾਂਜੀ ਲਾਈਵ ਸੀ ਭਾਅ ਜੀ ਕਿਹੜਾ ਕੁਛ ਆ ਜਾਓ ਫਿਰ ਨਾਂ ਦੱਸੋ ਪਛਾਣ ਲਿਆ ਦੇਖਦੇ ਹੁੰਦੇ ਵੀਡੀਓ ਮੈਂ ਕਿਹਾ ਇਮੀਗ੍ਰੇਸ਼ਨ ਵਾਲੇ ਦਿਖਾ ਦਈਏ ਇੰਡੀਆ ਵਾਲਿਆਂ ਨੂੰ ਕਿ ਨਹੀਂ ਬਸ ਥੈਂਕ ਯੂ ਵੀਰ ਮੇਰਾ ਸ਼ੁਕਰ ਤੁਸੀਂ ਤਾਂ ਨਹੀਂ ਕਰਦੇ ਇਮੀਗ੍ਰੇਸ਼ਨ ਦਾ ਫਿਰ ਠੀਕ ਆ ਅਤੇ ਆ ਜਾਓ ਲਓ ਜੀ ਇੱਕ ਉਹ ਇਮੀਗ੍ਰੇਸ਼ਨ ਕ੍ਰਿਸਮਿਸ ਇਮੀਗ੍ਰੇਸ਼ਨ ਓਕੇ ਅਤੇ ਇੱਕ ਉਹ ਇੰਪੈਕਟ ਇਮੀਗ੍ਰੇਸ਼ਨ ਸੋ ਆਪਾਂ ਬਾਈ ਜੀ ਨਾ ਹੀ ਦਿਖਾ ਰਹੇ ਹਾਂ ਆਪਾਂ ਦਿਖਾ ਰਹੇ ਹਾਂ ਵੈਸੇ ਵੀ ਬੋਰਡ ਲੱਗੇ ਹੋਈ ਆ ਲੋਕ ਦੇਖਦੇ ਹੀ ਆਪਾਂ ਕਹਿ ਜਿਹਨੇ ਨਹੀਂ ਦੇਖੇ ਉਹਨਾਂ ਨੂੰ ਵੀ ਦਿਖਾ ਦਈਏ ਅਤੇ ਉਹ ਜੀ ਖੇਲਾ ਇਮੀਗ੍ਰੇਸ਼ਨ ਉੱਤੇ ਓਕੇ ਜੀ ਅਤੇ ਰਾਈਟ ਅਵੇ ਇਮੀਗ੍ਰੇਸ਼ਨ ਓਕੇ ਪਾਂਸਟਾ ਇਮੀਗ੍ਰੇਸ਼ਨ ਨਹੀਂ ਇਹ ਤਾਂ ਹੋਰ ਹੀ ਕੁਛ ਆ ਇਹ ਕੀ ਪਾਈ ਬੈਠੀ ਆ ਬੀਬਾ ਠੰਡ ਨਹੀਂ ਲੱਗਦੀ ਤੈਨੂੰ ਉਹ ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ ਸਾਰਾ ਪੱਟ ਸੁੱਟਿਆ ਪਟਿਆਲਾ ਕੋਟ ਪਾਇਆ ਹਿੰਦੀ ਨੇ ਕਾਲਾ ਉਹ ਮੈਂ ਕੰਮ ਕਰਦਾ ਉਹ ਕਰ ਹਾਂਜੀ ਉਹ ਉੱਤੇ ਵਾਲੀਆਂ ਤਾਂ ਰਹਿ ਗਈਆਂ ਸੱਚ ਉਹ ਤੇ ਸਪੇਰਾ ਇਹ ਕਿਹੜੀ ਆ ਭਾਅ ਜੀ ਸਪੇਰਾ ਇਮੀਗ੍ਰੇਸ਼ਨ ਉਹ ਬਾਈ ਨਾਂ ਬੜਾ ਘੈਂਟ ਰੱਖਿਆ ਸਪੇਰਾ ਇਮੀਗ੍ਰੇਸ਼ਨ ਸਟੱਡੀ ਪਰਮਿਟ ਵੀਰਕ ਪਰਮਿਟ ਸਾਰੇ ਕੁਛ ਬਾਈ ਡੰਗ ਤਾਂ ਨਹੀਂ ਮਾਰਦੇ ਬਾਕੀ ਦਾ ਠੀਕ ਆ ਭਾਅ ਜੀ ਕੀ ਆ ਹੈਗੀ ਸਪਾਈ ਰੇ ਇਮੀਗ੍ਰੇਸ਼ਨ ਸਪਾਈ ਰੇ ਅੱਛਾ ਸਪਾਈ ਰੇ ਇਮੀਗ੍ਰੇਸ਼ਨ CMC ਇਮੀਗ੍ਰੇਸ਼ਨ ਹਰ ਤੀਜਾ ਕਮਰਾ ਭਰਾਵੋ ਉੱਥੇ ਇਮੀਗ੍ਰੇਸ਼ਨ ਵਾਲਿਆਂ ਦਾ ਆ ਆ ਜਾਓ ਟੂਰਿਸਟ ਆ ਜਾਓ ਬੋਰੀ ਖਾਲਾ ਵਾਲੀ ਭਰ ਲੈ ਹੋਰ ਪਈਆਂ ਦੀ ਇੰਡੋ ਕਨੇਡਾ ਇਮੀਗ੍ਰੇਸ਼ਨ ਕਮੇ ਜੀ ਸੂਨ ਇਮੀਗ੍ਰੇਸ਼ਨ ਇੱਥੇ ਹੈ ਕੀ ਹੋਰ ਚਾਰ ਦਾ ਹਾਲ ਹੈ ਕੂਲਪ ਆ ਜਾਓ ਹਰਾ ਪਲਾਜ਼ੇ ਜੇ ਤੁਹਾਨੂੰ ਦਿਖਾਉਂਦੇ ਆ ਬਾਈ ਇਹ ਵੀਡੀਓ ਹਰ ਇੱਕ ਪੰਜਾਬੀ ਦੇ ਫੋਨ 'ਚ ਜਾਣੀ ਚਾਹੀਦੀ ਆ ਜਿਹੜੇ ਪੁੱਛਦੇ ਰਹਿੰਦੇ ਆ ਭਾਅ ਜੀ ਦੂਜੀ ਗੱਲ ਮੈਂ ਸੰਘ ਪਾੜਦਾ 3 ਸਾਲ ਹੋ ਗਏ ਫਿਰ ਮੈਨੂੰ ਮੈਸੇਜ ਆਉਂਦੇ ਭਾਅ ਜੀ ਸਾਡੇ 5 ਸਾਲ ਦੇ ਨਿਆਣੇ ਦਾ ਵੀਜ਼ਾ ਲੱਗਦਾ ਨਾਲ ਆਪਾਂ ਵੀ ਜਾਣਾ ਲੱਗ ਜੂ ਉਹ ਭਰਾਵੋ ਕੋਈ ਸਕੂਲਿੰਗ ਵੀਜ਼ਾ ਨਹੀਂ ਲੱਗਦਾ ਬਹਿ ਜਾਓ ਚੁੱਪ ਕਰਕੇ ਅਤੇ ਭਾਅ ਜੀ ਇੱਕ ਕਹਿੰਦੇ ਫਾਰਮਰ ਚਾਹੀਦੇ ਉੱਥੇ ਮੇਲਾ ਹੋਣ ਲੱਗਾ ਫਾਰਮਰਾਂ ਦਾ ਉਹ ਭਰਾਵੋ ਕੋਈ ਨਹੀਂ ਫਾਰਮਰ ਇੱਦਾਂ ਆਉਂਦਾ ਸਹੀ ਹੈ ਨਾ ਅਤੇ ਜੌਨੀ ਵਾਸੀ ਨੇ 50 ਸਟਾਰ CMC ਇਮੀਗ੍ਰੇਸ਼ਨ ਓਕੇ ਜੀ ਆ ਜਾਓ ਹੁਣ ਇੱਧਰ ਦਿਖਾਉਂਦੇ ਹਾਂ ਅਤੇ ਬਲੌਂਡ ਫੜੇ ਸਾਲੋ ਇਹ ਕੀ ਆ ਸਾਲੋ ਤਾਂ ਸਾਡੇ ਕੋਲ ਪਿੰਡ ਆ ਬਿੰਜੋ ਸਾਲੋ CMC ਇਮੀਗ੍ਰੇਸ਼ਨ ਓਪਨ ਆ ਬਾਈ ਜਾਓ ਹਾਂਜੀ ਅਤੇ ਲੰਘ ਜਾ ਭਰਾਵਾ ਚਾੜਨਾ ਦੀ ਗਰੀਬ ਅਤੇ ਗੱਡੀ ਉਹ ਕੱਲੀ ਕੇ ਇਮੀਗ੍ਰੇਸ਼ਨ ਇਹ ਕਿਹੜੀ ਕੇ ਭਾਅ ਜੀ ਕੱਲੀ ਕੇ ਰੱਖਿਆ ਤੁਸੀਂ ਨਾ ਸੌਖਾ ਹੀ ਆ ਨਾ ਕੇ ਇਮੀਗ੍ਰੇਸ਼ਨ ਕੈਨਰਾਈਜ ਇਮੀਗ੍ਰੇਸ਼ਨ ਲਓ ਬਾਈ ਦੱਸੋ ਕਿਹਨੂੰ ਚਾਹੀਦੀ LMO ਵਰਕ ਪਰਮਿਟ ਹਰ ਤੀਜੀ ਦੁਕਾਨ ਤਾਂ ਇੱਥੇ ਇਮੀਗ੍ਰੇਸ਼ਨ ਦੀ ਆ ਦੱਸੋ ਤੁਹਾਨੂੰ ਕੀ ਚਾਹੀਦਾ ਓਏ ਹੋਏ ਹੋਏ ਆ ਜਾਓ ਅਤੇ ਇੱਧਰ 2-3 ਹੋਰ ਸੀ ਅਤੇ
ਜਿੱਦਾਂ ਉੱਤੇ ਚੜ੍ਹ ਕੇ ਹੈ ਨਾ, ਹੋਰ ਵੀ ਆ ਉਹਨਾਂ ਦੇ, ਚਲੋ ਬੋਰਡ ਨਹੀਂ ਲੱਗੇ, ਉਹ 15-20 ਹੋਰ ਆ ਅੰਦਰ, ਸਹੀ ਹੈ ਨਾ। ਆ ਜਾਓ ਹੁਣ ਉੱਧਰ ਪਾਇਲ 'ਚ ਵੀ ਤੁਹਾਨੂੰ ਦਿਖਾਉਂਦੇ ਹਾਂ। ਸੋ ਇੱਥੇ ਬਾਈ ਜੀ ਘੱਟੋ ਘੱਟ 1,500 ਇਮੀਗ੍ਰੇਸ਼ਨ ਦੀ ਹੈ ਸ਼ੋਪ, 1,500 ਹੈਗੀ ਇੱਥੇ ਜਨਾਨੀਆਂ ਦੇ ਕੱਪੜਿਆਂ ਦੀ, ਅਤੇ 1,500 ਹੈਗੀ ਗਹਿਣਿਆਂ ਦੀ ਬਸ। ਅਤੇ ਭਾਅ ਜੀ ਤੁਸੀਂ ਚੈੱਕ ਤੋਂ ਆਏ ਭਰਾਵਾ? ਨਹੀਂ, ਮੈਂ ਸ਼ਨੀਲ ਤੋਂ ਆਇਆ, ਸ਼ਨੀਲ ਦੇ ਕੱਪੜਾ, ਚੈੱਕ ਦਾ ਕੱਪੜਾ, ਮੈਂ ਸਪੇਨ ਤੋਂ। ਆ ਜਾਓ ਮੈਨੂੰ ਇਮੀਗ੍ਰੇਸ਼ਨਾਂ ਦਿਖਾਉਣ ਦੇ ਭਰਾਵਾ, ਕੱਪੜੇ ਦੀਆਂ ਦੁਕਾਨਾਂ। ਆ ਜਾਓ ਉੱਧਰ ਹੁਣ ਅਗਲੇ ਪਲਾਜ਼ੇ ਚੱਲਦੇ ਹਾਂ, ਸਹੀ ਹੈ ਨਾ। ਸੋ ਆ ਜਾਓ ਜੀ, ਆ ਜਾਓ ਪ੍ਰੀਮਸ ਇਮੀਗ੍ਰੇਸ਼ਨ, CS ਇਮੀਗ੍ਰੇਸ਼ਨ। ਹਾਂਜੀ, ਇੱਕ ਉਹ ਦੇ ਉਹ ਨਵੀਂ ਖੁੱਲ੍ਹੀ ਉਹ ਲੱਗਦੀ ਨੈਸ਼ਨਲ ਰਾਈਜ਼ ਇਮੀਗ੍ਰੇਸ਼ਨ, ਪੜ੍ਹ ਲਓ ਪੜ੍ਹ ਲਓ ਪੜ੍ਹ ਲਓ, ਨੈਸ਼ਨਲ ਰਾਈਜ਼ ਇਮੀਗ੍ਰੇਸ਼ਨ, ਪ੍ਰੀਮਸ ਇਮੀਗ੍ਰੇਸ਼ਨ, CS ਇਮੀਗ੍ਰੇਸ਼ਨ। ਹਾਂਜੀ, ਸੋ ਇਹ ਜਿਹੜੇ ਇਮੀਗ੍ਰੇਸ਼ਨ ਵਾਲੇ ਵੀਰ ਭਰਾ ਇਹਨੇ ਵੀ ਮੇਰੀ ਵੀਡੀਓ ਚੱਲ ਦੇਖ ਹੀ ਲੈਣੀ, ਆਪਾਂ ਕਿਹੜਾ ਕਿਸੇ ਨੂੰ ਮਾੜਾ ਗਿਆ। ਆਪਾਂ ਤਾਂ ਦਿਖਾਉਂਦੇ ਪਏ ਹਾਂ ਵੀ ਸਰੀ 'ਚ ਬਹੁਤ ਜ਼ਿਆਦਾ ਸਾਰੇ ਕੁਛ ਮਿਲ ਜਾਂਦਾ, ਬਸ ਬੰਦੇ ਮਰੇ ਉਹ 'ਚ ਜਾਨ ਨਹੀਂ ਪੈਂਦੀ, ਬਾਕੀ ਜੋ ਤੁਹਾਨੂੰ ਚਾਹੀਦਾ ਜੁਗਾੜ ਵੀ ਸਾਰੇ ਲੱਗ ਜਾਂਦੇ ਆ। CS ਇਮੀਗ੍ਰੇਸ਼ਨ ਇੱਕ ਉਹ ਪਲਾਜ਼ੇ 'ਚ ਚੱਲਦਾ, ਸਹੀ ਹੈ ਨਾ। ਸੋ ਇਹ ਵੀਡੀਓ ਹਰ ਇੱਕ ਪੰਜਾਬੀ ਦੇ ਫੋਨ 'ਚ ਜਾਣੀ ਚਾਹੀਦੀ ਆ, ਤਾਂ ਜੋ ਸਿੱਧੀ ਗੱਲ ਆ, ਕੈਨੇਡਾ 'ਚ ਸਭ ਕੁਛ ਮਿਲਦਾ, ਟੂਰਿਸਟ ਨੂੰ ਵਰਕ ਪਰਮਿਟ ਵੀ ਮਿਲਦਾ, ਪਰ ਗੱਲ ਮੁੱਕਦੀ ਆ ਬੋਰੀ ਖਾਲਾ ਵਾਲੀ ਭਰੀ ਚਾਹੀਦੀ ਪੈਸਿਆਂ ਦੀ, ਵੱਡੇ ਪੈਸਿਆਂ ਦੀ। ਅਤੇ ਖੜੀ ਕਹਿੰਦੀ ਜੀ ਵੈਗਨ, ਅਤੇ ਸੋ ਐਵੇਂ ਭਰਾਵੋ ਤੁਸੀਂ ਗਾਣਿਆਂ 'ਚ ਦੇਖ ਕੇ ਆਖੇ ਜੀ, ਓਕੋ ਰੇਂਜ ਰੋਵਰ, ਓਕੋ ਜੀ ਵੈਗਨ ਲਓ। ਸੋ ਆ ਜਾਓ, ਅਜੇ ਉਹ ਪਲਾਜ਼ਾ ਰਹਿੰਦਾ 700-800 ਉੱਥੇ ਦੁਕਾਨ ਆ, ਅਤੇ ਆਹ ਲਓ ਜੀ ਆਹ ਵੀ ਆ ਭਰਾਵੋ CWC ਇਮੀਗ੍ਰੇਸ਼ਨ, ਇਹ ਵੀ ਹੈਗੇ ਆ। ਸੋ ਆਪਾਂ ਇਸ ਵੀਡੀਓ 'ਚ ਕਿਸੇ ਨੂੰ ਵੀ ਮਾੜਾ ਚੰਗਾ ਨਹੀਂ ਕਿਹਾ, ਸਪੈਸ਼ਲੀ ਆਪਾਂ ਤਾਂ ਦਿਖਾਉਂਦੇ ਪਏ ਜਿਹੜੇ ਬੋਰਡ ਲੱਗੇ ਹੋ ਆ। ਅਤੇ ਹਾਂ ਇੱਕ ਗੱਲ ਹੈ, ਇਹਨਾਂ ਕਮਰਿਆਂ 'ਚੋਂ ਬਹੁਤੇ ਹੰਝੂ ਲੈ ਕੇ ਨਿਕਲਦੇ ਆ ਠੱਗ ਹੋ ਕੇ, ਅਤੇ ਬਹੁਤੇ PR ਲੈ ਕੇ ਨਿਕਲਦੇ, ਕਈ ਕੁਛ ਚੱਲਦਾ। ਮਤਲਬ ਇਹਨਾਂ ਕਮਰਿਆਂ ਪਿੱਛੇ ਜਿਹੜੇ ਦਿਖਾ ਰਹੇ ਹਾਂ ਬਹੁਤਿਆਂ ਦੀਆਂ, ਮਤਲਬ ਹੁਣ ਤੁਹਾਨੂੰ ਕੀ ਦੱਸਾਂ। ਇਹ ਲੈ ਲਓ ਜੀ CWC ਇਮੀਗ੍ਰੇਸ਼ਨ, ਉਹ CWC ਇਮੀਗ੍ਰੇਸ਼ਨ, ਹੋਰ ਦਿਖਾਉਂਦੇ ਆ ਜੀ ਉੱਧਰ ਰਹਿੰਦਾ ਇੱਕ ਪਲਾਜ਼ਾ। ਸੋ ਬਾਈ ਜੀ ਸਭ ਕੁਝ ਇੱਥੇ ਹੈਗਾ, ਉਹ ਸੱਚ ਥੱਲੇ ਤਾਂ ਮੈਂ ਦਿਖਾਉਂਦਾ ਨਹੀਂ, ਇੱਥੇ ਕੂਲ ਲਿਪਾਂ ਉੱਡਦੇ ਪੰਛੀ, ਸੋ ਸਭ ਕੁਛ ਮਿਲਦਾ ਭਰਾਵੋ ਸਭ ਕੁਛ। ਆ ਜਾਓ ਆ ਜਾਓ, ਅਤੇ ਹਰਮਨ ਖਹਿਰਾ, ਗੱਡੀਆਂ ਸਾਰਿਆਂ ਕੋਲ ਮਹਿੰਗੀਆਂ। ਹਾਂਜੀ ਹਾਂਜੀ ਭਾਅ ਜੀ, ਪੈਸਾ ਹੀ ਬੜਾ ਆ ਇਸੀ ਗੇਮ 'ਚ, ਤਾਂ ਮੈਂ ਤਾਂ ਆਪ ਇਮੀਗ੍ਰੇਸ਼ਨ ਦਾ ਕੋਰਸ ਕਰ ਲੈਣਾ ਪੈ, ਸਿੱਧੀ ਜੀ ਗੱਲ ਆ। ਕੂਲ ਲਿਪ ਆ ਲਓ ਜੀ, ਨਸ਼ਾ ਕੂਲਿਪ, ਨਿੰਦੀ ਨੀ ਹਿੰਦੀ, ਲਾਈਵ ਆ ਪਿੰਡ ਦੱਸੋ ਜੀ ਆਪਣਾ, ਲਾਈਵ ਆ ਇਹ 15 ਲੱਖ ਬੰਦੇ ਨੇ ਦੇਖਣੀ ਆ, ਪਿੰਡ ਦੱਸੋ ਜੀ ਦੋਏ ਆਪਣਾ। ਪਿੰਡ ਮੇਰਾ ਹੈਗਾ ਲੁਧਿਆਣਾ ਜ਼ਿਲ੍ਹਾ, ਦਰਹਾ ਸ਼ਹਿਰ। ਦਰਹਾ ਸ਼ਹਿਰ ਨਾਂ ਜੀ? ਨਾਂ ਹਰਜੀਤ ਸਿੰਘ। ਆਪਣਾ ਜੀ? ਸਾਡਾ ਜੀ ਪਾਸਤਾ। ਹੈਂ? ਪਾਸਤਾ। ਇੱਕ ਗੱਲ ਦੱਸੋ, ਇੱਥੇ ਇਮੀਗ੍ਰੇਸ਼ਨ ਵਾਲੇ ਚੰਗੇ ਆ? ਕਿਸੇ ਦਾ ਨਾਂ ਨਹੀਂ ਲੈਣਾ ਪੈਸੇ। ਭਾਜੀ ਚੰਗੇ ਵੀ ਆ, ਮੰਦੇ ਵੀ ਆ। ਮੰਦੇ ਕਿੰਨੇ ਕਾ? ਮੰਦੇ ਕਿੰਨਾ ਕੁ ਮੰਦਾ ਕਰਦੇ ਆ? ਮੰਦੇ ਦਾ ਕੋਈ ਆਪਣਾ ਹੀ ਸੋਚਦੇ ਨੇ। ਪਾਸਤਾ ਪਿੰਡ ਆਪਣਾ ਪੱਕੀ ਗੱਲ ਆ? ਜੇ ਮੈਂ ਪਾਸਤੇ ਬਾਰੇ ਪੁੱਛ ਲਿਆ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ, ਮੈਨੂੰ ਵੀ ਪਤਾ ਆ ਮਰੂੜ ਪਾਸਤਾ, ਉਹ ਮੈਂ ਲਾਈਵ ਸੀ। ਹੋਰ ਥੈਂਕ ਯੂ ਜੀ, ਓਕੇ ਥੈਂਕ ਯੂ, ਧੰਨਵਾਦ, ਬਹੁਤ ਵਧੀਆ ਹੁੰਦੀਆਂ ਵੀਡੀਓ ਮੇਰੀਆਂ, ਥੈਂਕ ਯੂ, ਥੈਂਕ ਯੂ ਜੀ, ਸ਼ੁਕਰੀਆ, ਲੈਟ ਹੋ ਜਾਣੀ ਤੁਹਾਡੀ। ਆ ਜਾਓ, ਅਤੇ ਆ ਲੈ ਬਈ ਵੜਦੇ ਆ ਨੂੰ ਇਸੇ ਪਲਾਜ਼ੇ 'ਚ, ਕਹਿੰਦੇ ਸੈਟਲ ਕਨੇਡਾ ਇਮੀਗ੍ਰੇਸ਼ਨ, ਕਰ ਦਿਓ ਸੈਟਲ ਭਰਾਵੋ, ਲੰਘ ਜਾਓ। ਸੋਰੀ ਸ਼ਕਤੀਮਾਨ, ਮੈਂ ਵੀ ਭਾਪੇ ਦਾ ਰੋਡ ਸਮਝਿਆ, ਪਿੱਛੇ ਗੱਡੀ ਚਾੜਦੇ ਨਹੀਂ ਕਿਸੇ ਸਤੇ ਉਹਨੇ। ਸੈਟਲ ਇਮੀਗ੍ਰੇਸ਼ਨ, ਸੈਟਲ ਕਨੇਡਾ, ਡੂ ਓ ਲਓ ਜੀ ਇਕੱਠੇ ਹੀ, ਉੱਪਰ ਸੈਟਲ ਕਨੇਡਾ, ਥੱਲੇ ਡੂ ਸਟੈਪ ਇਮੀਗ੍ਰੇਸ਼ਨ, ਬੱਲੇ ਹੋਈ ਬੱਲੇ। ਮੈਂ ਵੀ ਇਹ ਕੋਰਸ ਕਰਾਂ, ਮੈਂ ਦੱਸੋ ਯਾਰ ਸਹੀ ਗੱਲ ਆ, ਇੱਥੇ ਇੱਦਾਂ ਦੇ ਬੰਦੇ ਆ ਬਾਈ ਜੀ। ਇੱਕ ਮੈਂ ਬੰਦੇ ਦੀ ਤੁਹਾਨੂੰ ਦੱਸਦਾ, ਉਹ ਦੇ ਲਾ ਆਫਿਸ ਇਮੀਗ੍ਰੇਸ਼ਨ, ਮਾਨ ਇਮੀਗ੍ਰੇਸ਼ਨ, ਫਾਰਗੋ ਇਮੀਗ੍ਰੇਸ਼ਨ, ਮੈਂ ਝੂਠ ਨਹੀਂ ਬੋਲਦਾ, ਉਹ ਪੜ੍ਹ ਲਓ ਨਾਂ ਲਿਖੇ ਹੋਆ ਤੁਹਾਡੇ ਸਾਹਮਣੇ, ਇਮੀਗ੍ਰੇਸ਼ਨ ਵਾਲਿਆਂ ਦੇ ਨਾਂ ਪੜ੍ਹਦਾ, ਬਾਕੀ ਦੁਕਾਨਾਂ ਦੇ ਨਹੀਂ। ਇੱਕ ਇੱਥੇ ਬੰਦਾ ਆ, ਕਹਿੰਦੇ ਨਾ ਬਈ ਭੱਲ ਨਹੀਂ ਪੱਜਦੀ ਕਈਆਂ ਨੂੰ, ਹੈ ਨਾ, ਵੀ ਕਾਰ ਤੋਂ ਜਦੋਂ ਵੱਧ ਮਿਲ ਜਾਵੇ, ਉਹ ਸਾਰੀ ਉਮਰ ਟੋਇਟਾ ਗੱਡੀ ਚਲਾਉਂਦਾ ਰਿਹਾ, ਅਤੇ ਇੱਕ ਵਾਰੀ ਕੁਛ ਹੋਇਆ ਸੀ, ਕੋਈ ਗੱਡੀ ਵਧੀਆ ਆ ਗਈ, ਲਾ ਲਓ ਟੋਇਟਾ 'ਚੋਂ ਫੰਕਸ਼ਨ ਨਾ ਹੋਈ, ਉਹ ਟੋਇਟਾ ਗੱਡੀ ਦੀ ਤੋਹ ਕਰਨ ਲੱਗਾ। ਉਹ ਮੈਂ ਕਿਹਾ ਜਾ, ਜਿਹੜੀ ਗੱਡੀ ਨੇ ਸਾਰੀ ਉਮਰ ਤੈਨੂੰ ਤੇਰੇ ਪਰਿਵਾਰ ਨੂੰ ਰੋਟੀ ਖਿਲਾਈ, ਇੱਥੇ ਲੋਕਾਂ ਨੂੰ ਉਹ ਨਹੀਂ ਪੱਚਦੀ, ਕੀ ਕਹਿੰਦੇ ਹੁੰਦੇ ਆ, ਭੱਲ ਨਹੀਂ ਪੱਚਦੀ, ਇੱਥੇ ਕਈਆਂ ਨੂੰ ਕਾਰ ਤੋਂ ਜ਼ਿਆਦਾ ਮਿਲ ਗਿਆ ਆ, ਸਿੱਧੀ ਜੀ ਗੱਲ ਆ।
ਤੇ ਫਿਰ ਉਹ ਟੋਇਟਾ ਦੀ ਬਾਹਲੀ ਭੰਡੀ ਕਰਦਾ ਪਿਆ ਸੀ। ਮੈਂ ਕਿਹਾ ਚੱਲ ਕੋਈ ਨਹੀਂ, ਆ ਜਾਓ ਤੁਹਾਨੂੰ ਹੋਰ ਦਿਖਾਉਂਦੇ ਹਾਂ। ਸੋ ਬਾਈ ਜੀ ਆ ਜਾਓ, ਗੋਲਡ ਮਾਈਨ ਇਮੀਗ੍ਰੇਸ਼ਨ। ਸੋ ਗੋਲਡ ਮਾਈਨ ਦੀਆਂ ਫਿਲਮਾਂ ਤਾਂ ਤੁਸੀਂ ਤਾਮਿਲ ਦੀਆਂ ਬਹੁਤ ਦੇਖੀਆਂ ਹੋਣੀਆਂ, ਇਮੀਗ੍ਰੇਸ਼ਨ ਵੀ ਆ। ਸੋ ਸਾਰੀਆਂ ਤੁਹਾਨੂੰ ਅੱਜ ਦਿਖਾ ਦੇਣੀਆਂ। ਪਲਾਜ਼ੇ ਦੇ ਇੱਕ ਪਾਸੇ ਸ਼ੁਰੂ ਹੋ ਜੀ। ਲਾਈਵ ਸੀ ਭਾਅ ਜੀ, ਲਾਈਵ ਆ, ਜਾਣਦੇ ਮੈਨੂੰ ਕਿਹੜਾ ਪਿੰਡ ਆਪਣਾ? ਹਾਂਜੀ ਪਿੰਡ ਕਿਹੜਾ? ਥੈਂਕ ਯੂ, ਲਾਈਵ ਸੀ। ਹਾਂਜੀ ਹਾਂਜੀ ਪਤਾ ਉਹ ਤਾਂ ਮੈਨੂੰ, ਧੰਨਵਾਦ ਵੀਰੇ। ਉਹ ਮਾੜੀ ਜਿਹਾ ਲਾਈਵ ਸੀ। ਹਾਂਜੀ ਹਾਂਜੀ ਅਤੇ ਆ ਜਾਓ। ਅਤੇ ਬਾਕੀ ਇੱਕ ਸੱਚ, ਹਾਂ ਹੇਅਰ ਡਰੈਸਰ ਦੀਆਂ ਬਹੁਤ ਸ਼ੋਪਾਂ ਇੱਥੇ ਭਰਾਵੋ, ਬੰਦੇ ਇਹਨਾਂ ਨੂੰ ਵੀ ਬਹੁਤ ਚਾਹੀਦੇ, ਲਿਖਿਆ ਹੀ ਹੁੰਦਾ ਸਲੂਨ ਵਾਲੀਆਂ ਕੁੜੀਆਂ ਚਾਹੀਦੀਆਂ। ਸੋ ਅੱਜ ਆਪਣੀ ਵੀਡੀਓ ਸਪੈਸ਼ਲ ਇਮੀਗ੍ਰੇਸ਼ਨ ਵਾਲੀ ਬੋਰਡ ਦਿਖਾਉਣੇ ਆਪਾਂ ਤੁਹਾਨੂੰ, ਹੋਰ ਬਾਕੀ ਕੱਪੜਾ ਲੀੜੇ ਦੀਆਂ ਫੇਰ ਦਿਖਾਵਾਂਗੇ। ਨਵਦੀਪ ਸਿੰਘ ਗਾਲਾਂ ਲਿਖੀ ਜਾਂਦਾ ਭਰਾਵਾ, ਨਾਂ ਤੇਰਾ ਨਵਦੀਪ ਆ, ਹੈ ਤੂੰ ਘਰਦਿਆਂ ਨੇ ਜਦੋਂ ਜੰਮਿਆ ਹੋਣਾ ਕਹਿੰਦਾ ਤੁਹਾਡੇ ਤੇਰੇ ਘਰਦਿਆਂ ਨੇ ਕਿਹਾ ਦੀਪ ਜੰਮ ਗਿਆ ਨਵਾਂ ਨਵਾਂ, ਤੂੰ ਵਰਝਾ ਕਿਉਂ ਨਹੀਂ ਗਿਆ ਯਾਰ, ਵਰਝਾ ਕਿਉਂ ਨਹੀਂ ਗਿਆ ਸੱਚ। ਸੋ ਵੀਰ ਮੇਰਾ ਜੇ ਨਹੀਂ ਵਧੀਆ ਲੱਗਦਾ ਨਾ ਦੇਖ ਤਿੱਤਰ ਹੋ ਡੰਡੀ ਡੰਡੀ, ਆ ਜਾਓ ਲੈਟਸ ਗੋ ਇਮੀਗ੍ਰੇਸ਼ਨ। ਰੂਪਕਲਾ ਇਮੀਗ੍ਰੇਸ਼ਨ, ਸਨਰਾਈਜ਼ ਇਮੀਗ੍ਰੇਸ਼ਨ, ਸਨਰਾਈਜ਼ ਇਮੀਗ੍ਰੇਸ਼ਨ, ਓਕੇ ਜੀ ਆ ਜਾਓ ਹੋਰ ਦਿਖਾਉਂਦੇ ਹਾਂ ਤੁਹਾਨੂੰ। ਕੱਪੜੇ ਵਾਲੀਆਂ ਦੁਕਾਨਾਂ ਫਿਰ ਕਿਸੇ ਦਿਨ ਦਿਖਾਵਾਂਗੇ, ਜਿੱਧਰ ਜਿੱਧਰ ਇਮੀਗ੍ਰੇਸ਼ਨ ਦੀ ਮੈਂ ਉੱਧਰ ਹੀ ਘੁੰਮਦਾ ਪਿਆ। ਸੋ ਬਾਕੀ ਭਰਾਵੋ ਸੋਨੇ ਦੀਆਂ ਕੱਪੜੇ ਦੀਆਂ, ਹੈਂ ਉਹ ਲਓ ਜੀ ਤੁਹਾਨੂੰ ਦਿਖਾਉਣਾ। ਬਾਕੀ ਇੱਥੇ ਭਾਰਤ ਜਵੈਲਰ, ਪਾਕਿਸਤਾਨ ਜਵੈਲਰ, ਸੋਨਾ ਜਵੈਲਰ, ਚਾਂਦੀ ਜਵੈਲਰ, ਨਿਊ ਕਲੋਥ ਜਵੈਲਰ, ਜੋਲ ਜਵੈਲਰ, ਪਤਾ ਨਹੀਂ ਯਾਰ ਮੈਂ ਸਾਲੀ ਮੇਰੀ 30-35 ਸਾਲ ਉਮਰ ਹੋ ਗਈ, ਮੈਂ ਅੱਜ ਤੱਕ ਸੋਨਾ ਪਾ ਕੇ ਹੀ ਨਹੀਂ ਦੇਖਿਆ। ਇੰਨੀਆਂ ਦੁਕਾਨਾਂ ਇੱਥੇ ਸੋਨੇ ਦੀਆਂ ਕੌਣ ਲਈ ਜਾਂਦਾ ਯਾਰ, ਪਹਿਲਾਂ ਤਾਂ ਮੈਨੂੰ ਇਹ ਦੱਸੋ। ਇੱਕ ਆ ਨਾਲ ਹੀ ਐਮ ਕੇ ਜਵੈਲਰ, ਬਈ ਕੌਣ ਸੋਨਾ ਖਰੀਦਦਾ ਇੰਨਾ, ਪਹਿਲਾਂ ਮੈਨੂੰ ਇਹ ਦੱਸੋ। ਰੱਬਾ ਯਾਰ ਜੇ ਤੂੰ ਹੈਗਾ ਬੱਦਲਾਂ ਪਿੱਛੇ ਸਾਡੀ ਵੀ ਸੁਣ ਲਾ, ਸਾਲਾ ਸਾਨੂੰ ਵੀ ਸੋਨਾ ਦਿਖਾ ਦੇ ਕਿੱਦਾਂ ਦਾ ਹੁੰਦਾ, ਪਾ ਦੇ ਸਾਡੀ ਵੀ ਝੋਲੀ 'ਚ ਚਾਰ ਪੈਸੇ, ਆਪਾਂ ਵੀ ਦੇਖ ਲਈਏ ਸੋਨਾ ਕੀ ਹੁੰਦਾ। ਪਾਇਆ ਹੀ ਨਹੀਂ ਅੱਜ ਤਾਈਂ ਸਾਲਾ, ਕੀ ਯਾਰ ਜ਼ਿੰਦਗੀ 'ਤੇ ਆਇਆ। ਆ ਜਾਓ ਚਲੋ ਛੱਡੋ, ਦਿਲ ਨਹੀਂ ਛੱਡਣਾ, ਕੈਨੇਡਾ ਘੁੰਮਦਾ, ਆ ਜਾਓ ਗਾਂ ਆ ਜਾਓ। ਅਤੇ ਆ ਜਾਓ ਹੋਰ ਤੁਹਾਨੂੰ ਦਿਖਾਉਣੇ ਇਮੀਗ੍ਰੇਸ਼ਨ ਵਾਲੇ, ਸ਼ੇਅਰ ਕਰਿਓ ਵੱਧੋ ਵੱਧ। ਸੋ ਫਿਰ ਮੇਰਾ ਇਹ ਦਿਖਾਉਣ ਦਾ ਮਕਸਦ ਇਹੀ ਸੀ ਬਾਈ ਜੀ, ਸਭ ਕੁਛ ਮਿਲ ਜਾਂਦਾ ਇੰਡੀਆ। ਕਈ ਕਹਿੰਦੇ ਭਾਅ ਜੀ ਟੂਰਿਸਟ ਜਾ ਕੇ PR ਹੋ ਜੂ, ਵਰਕ ਪਰਮਿਟ ਹੋ ਜੂ, ਸਭ ਕੁਛ ਮਿਲ ਜਾਂਦਾ। ਸੋ ਇਹ ਨਹੀਂ ਇਕੱਲੀ ਲਕਸ ਸਾਬਣ ਤਾਂ ਵੇਚਦੇ ਨਹੀਂ ਹੈ ਹੁਣ ਇਮੀਗ੍ਰੇਸ਼ਨ ਵਾਲੇ। ਸੋ ਤੁਹਾਨੂੰ ਪਤਾ ਹੀ ਯਾਰ ਇਮੀਗ੍ਰੇਸ਼ਨ ਵਾਲੇ ਕੀ ਹੁੰਦਾ ਹੋਊਗਾ, ਇਹ ਹਿਸਾਬ ਕਿਤਾਬ ਆ। ਆ ਜਾਓ ਇੱਧਰ ਥੋੜ੍ਹੀਆਂ ਕੱਪੜੇ ਦੀਆਂ ਦੁਕਾਨਾਂ ਆ, ਕੱਪੜਾ ਮੰਡੀ ਵਟੈਵਰ, ਆਪਾਂ ਤਾਂ ਇਮੀਗ੍ਰੇਸ਼ਨ ਵਾਲੇ ਹੀ ਦਿਖਾਉਂਦੇ ਹਾਂ। ਅਤੇ ਅੱਜ ਥੋੜ੍ਹਾ ਰਸ਼ ਘੱਟ ਆ, ਕਿਉਂਕਿ ਅੱਜ ਦਿਨ ਕਿਹੜਾ ਆ, ਅੱਜ ਮੰਗਲਵਾਰ ਨੂੰ ਲੋਕ ਘੱਟ ਕਹਿਣੇ ਖਰੀਦਦੇ ਵਹਿਮੀ। ਹੁਣ ਤੁਸੀਂ ਕਹਿਣਾ ਇੰਡੀਆ 'ਚ ਤਾਂ ਬੁੱਧਵਾਰ ਆ, ਇੱਥੇ ਮੰਗਲਵਾਰ ਹੀ ਆ ਜੀ, ਅਤੇ ਇੱਥੇ ਵਹਿਮ ਭਰਮ ਬਹੁਤ ਚੱਲਦਾ। ਮੰਗਲਵਾਰ ਨੂੰ ਹੇਅਰ ਡਰੈਸਰ ਵੀ ਸਾਰੇ ਉਹ ਹੁੰਦੇ ਆ, ਕਿਉਂਕਿ ਗਾਹਕ ਨਹੀਂ ਆਉਂਦਾ ਕੋਈ, ਲਾਂਡਰੀਆਂ ਸਾਰੀਆਂ ਉਹ ਹੁੰਦੀਆਂ, ਸਾਰੇ ਵਹਿਮ ਇੱਥੇ ਆ, ਸਰੀ 'ਚ ਦੁਨੀਆ ਭਰ ਦੇ ਵਹਿਮ ਇੱਥੇ ਆ। ਆ ਜਾਓ ਇਮੀਗ੍ਰੇਸ਼ਨ ਵਾਲੇ ਦਿਖਾਉਂਦੇ ਆ ਆਪਾਂ ਦੱਸੋ, ਆ ਜਾਓ ਇੱਧਰ ਹੁਣ ਫਿਰ ਇੱਧਰੋਂ ਸ਼ੁਰੂ ਹੋ ਜਾਈਏ ਇੱਕ ਸਿਰੇ ਤੋਂ। ਅਤੇ ਉਹ ਕਹਿੰਦਾ ਇੰਨੀ ਜਵੈਲਰੀ ਹੋਵੇ, ਆਹ ਦੇਖੋ ਆਰ ਕੇ ਜਵੈਲਰ, ਕਮਿੰਗ ਸੂਨ ਬੱਲੇ ਤੋਂ, ਫਰੈਂਡਸ ਜਵੈਲਰ, ਮਾਡਰਨ ਜਵੈਲਰ, ਸੁਨਾਰ ਜਵੈਲਰ, ਇੱਕ ਉਹ ਸਾਹਮਣੇ ਮਹਿੰਦਰਾ ਜਵੈਲਰ, ਬੱਲੇ ਯਾਰ ਇੰਨਾ ਕੌਣ ਲਈ ਜਾਂਦਾ। ਮਹਿੰਦਰਾ ਵਾਲਿਓ ਮਹਿੰਦੇ ਦਾ ਚੇਨੀ ਇੱਕ ਗਗਨ ਬਾਈ, ਆਹ ਕਰਦੇ ਮੈਨੂੰ ਇੱਕ ਭੇਟ ਚੇਨੀ, ਤੁਹਾਨੂੰ ਇਮੀਗ੍ਰੇਸ਼ਨ ਵਾਲੇ ਦਾ ਉਹ ਉੱਤੇ ਆ ਸੱਚ। ਦੇਖੋ ਜੀ ਇਕੱਠੇ ਹੀ ਕਮਰੇ, ਇਕੱਠੇ ਹੀ ਇਕੱਠੇ ਹੀ। ਸੋ ਆਓ ਜੀ ਬਸ ਪੈਸੇ ਲੈ ਕੇ ਆਓ ਇੰਡੀਆ ਤੋਂ, ਹੋਰ ਕੁਛ ਨਹੀਂ। ਹਾਂਜੀ ਆਪਾਂ ਜਿਹੜੇ ਕੰਮ ਆਏ ਸੀ ਬੱਲੇ ਬੱਲੇ ਚੌਂਦੀ ਬਸ, ਥੈਂਕ ਯੂ ਥੈਂਕ ਯੂ। ਹਾਂਜੀ ਐਡਮਾਇਰ ਇਮੀਗ੍ਰੇਸ਼ਨ, ਕੈਪੀਟਲ ਪਲੱਸ ਇਮੀਗ੍ਰੇਸ਼ਨ, ਸਟਾਰ ਇਮੀਗ੍ਰੇਸ਼ਨ, ਦੇਖ ਲਓ ਇਕੱਠੇ ਹੀ ਕਮਰੇ, ਮੈਂ ਝੂਠ ਨਹੀਂ ਬੋਲਦਾ, ਤੁਹਾਡੇ ਸਾਹਮਣੇ ਆ। ਇੱਕ ਦੋ ਤਿੰਨ ਚਾਰ ਲੋਟਸ ਇਮੀਗ੍ਰੇਸ਼ਨ। ਭਾਅ ਜੀ ਜੇ ਤੁਹਾਡੀ ਉਹ ਐਸ ਡਿੱਪ ਹੀ ਫਿਰ ਲੋਕਾਂ ਨੇ ਕੁਛ ਨਹੀਂ ਸਮਝਣ ਲੱਗ ਪੈਣਾ, ਨਾਂ ਤਾਂ ਵਧੀਆ ਆ ਲੋਟਸ, ਜੇ ਐਸ ਪਿੱਛੋਂ ਲੈ ਗਈ ਭੁੱਲ ਭੁਲੇਖੇ ਕੁਛ ਹੋਰ ਹੋ ਜਾਣਾ ਚਾਹੀਦਾ। ਅਤੇ ਆਇਲ ਪਾਉਣ ਨੂੰ ਪੁੱਛ ਕੇ ਉਹਨੇ ਕੀ ਮਿਲਦਾ, ਪੁੱਛਿਆ ਹੀ ਹੈ ਪੈਸੇ ਤਾਂ ਮੈਂ ਖਾਂਦਾ ਪੀਂਦਾ ਨਹੀਂ। ਸੋ ਬਾਈ ਜੀ ਇੱਥੇ ਸਭ ਕੁਛ ਮਿਲਦਾ, ਪਾਣ ਬਨਾਰਸ ਵਾਲਾ ਸਾਰਾ ਹੀ ਕੁਛ ਹੈ ਨਾ, ਲਓ ਜੀ ਰੋਇਲ ਪਾਨ। ਸੋ ਇੱਥੇ ਸਭ ਕੁਛ ਮਿਲਦਾ, ਤੰਬਾਕੂ ਬਣਿਆ ਬਣਾਇਆ ਵੀ ਮਿਲ ਜਾਂਦਾ ਜੀ,
ਆ ਜਾਓ ਆਪਾਂ ਇਮੀਗ੍ਰੇਸ਼ਨ ਵਾਲੇ ਦਿਖਾਉਂਦੇ ਹਾਂ ਸੋ ਬਹੁਤ ਜ਼ਿਆਦਾ ਗ੍ਰੇ ਮੈਟਰ ਭਰਾਵੋ ਇੰਨੀਆਂ ਤਾਂ ਮੈਂ ਵੀ ਨਹੀਂ ਸੀ ਕਦੀ ਦੇਖੀਆਂ ਬਾਈ ਜਿਹਨੇ ਪੂਰੀ ਵੀਡੀਓ ਦੇਖੀ ਸਾਰੇ ਹੀ ਦੱਸੋ ਟੋਟਲ ਕਿੰਨੇ ਆ ਲਓ ਜੀ ਡਿੱਟਨ ਇਮੀਗ੍ਰੇਸ਼ਨ ਡਿਵਾਈਨ ਹੋਮ ਗ੍ਰੇ ਮੈਟਰ ਇਮੀਗ੍ਰੇਸ਼ਨ ਬੱਲੇ ਸਾਰਿਆਂ ਦਾ ਚੱਲਦਾ ਆ ਸੋ ਕਨੇਡਾ 'ਚ ਬਾਈ ਜੀ ਲੋਕ ਆ ਬਹੁਤ ਝੁਕਰੀ ਮੇਰਾ ਮਫਲਰ ਕਿੱਥੇ ਉੱਡ ਗਿਆ ਹੈਗਾ ਆ ਸੋ ਚੱਲਦੀਆਂ ਸਾਰੀਆਂ ਕਈ ਦੁਕਾਨਾਂ ਆ ਬਾਈ ਕੰਮ ਲਾ ਲਓ ਹਵਾ ਬਹੁਤ ਚੱਲਦੀ ਹਾਂਜੀ ਹਾਂਜੀ ਹਵਾ ਬਹੁਤ ਜ਼ਿਆਦਾ 387 ਕਿਲੋਮੀਟਰ ਦੀ ਸਪੀਡ ਨਾਲ ਚੱਲਦੀ ਅਤੇ ਆ ਕੱਪੜਿਆਂ ਦੀਆਂ ਦੁਕਾਨਾਂ ਆਪਾਂ ਆਏ ਸਾਲੀ ਸਾਡੇ ਕੋਲ ਦੋ ਪੈਂਟਾਂ ਲੈਂਦਾ ਮੈਂ ਸਾਲ 'ਚ ਇੱਕ ਇੱਦਾਂ ਦੀ ਇੱਕ ਥੋੜ੍ਹੀ ਨੀਲੀ ਜ਼ਿਆਦਾ ਸਾਲ ਆਪਾਂ ਕਰ ਦਈਦਾ ਚਲੋ ਭਰਾਵੋ ਜਿਹਨਾਂ ਕੋਲ ਪੈਸਾ ਨਹੀਂ ਖਰਚਣਾ ਵੀ ਕਿਸੇ ਪਾਸੇ ਤੇ ਇੱਕੋ ਸਾਲਾ ਪੈਸਾ ਤਾਂ ਹੈ ਨਹੀਂ ਤੂੰ ਕਿੱਥੋਂ ਖਰਚੂ ਆ ਜਾਓ ਐਨ ਬੀ ਫਿੰਗਰ ਪ੍ਰਿੰਟਿੰਗ ਵੀ ਨਿਊ ਵਿਜ਼ਨ ਇਮੀਗ੍ਰੇਸ਼ਨ ਭਾਅ ਜੀ ਅਤੇ ਭਾਅ ਜੀ ਦਾ ਸ਼ੁਕਰੀਆ ਵਧੀਆ ਸੀ ਆਪਣੇ ਨਾਲ ਹੈ ਨਾ ਅਤੇ ਥੈਂਕ ਯੂ ਭਾਅ ਜੀ ਨਿਊ ਵਿਜ਼ਨ ਵਾਲਿਆਂ ਦਾ ਸ਼ੁਕਰੀਆ ਜੀ ਅਤੇ ਜੋਬਨ ਭਾਅ ਜੀ ਵਧੀਆ ਬੰਦਾ ਰਮਨਦੀਪ ਭਾਅ ਜੀ ਹੈ ਨਾ ਸੋ ਇਹਨਾਂ ਨੂੰ ਮੈਂ ਜਾਣਦਾ ਪਰਸਨ ਅਤੇ ਆ ਜਾਓ ਹੋਰ ਦਿਖਾਉਂਦੇ ਹਾਂ ਇੱਧਰ ਵੀ ਦਿਖਾਉਂਦੇ ਹਾਂ ਸਭ ਕੁਝ ਦਿਖਾਵਾਂਗੇ ਸਭ ਕੁਝ ਮਿਲਦਾ ਠੇਕਾ ਵੀ ਆ ਇੱਥੇ ਠੇਕਾ ਹਵਾ ਦੇਖੋ ਕਿੰਨੀ ਠੰਡ ਹੈ ਜੀ ਮੈਂ ਤੁਹਾਨੂੰ ਦਿਖਾ ਰਿਹਾ ਸਾਰੇ ਕੁਛ ਉਹ ਕਿਹੜੀ ਆ ਫਾਰ ਈਸਟ ਇਮੀਗ੍ਰੇਸ਼ਨ ਠੇਕਾ ਦਿਖਾਉਣੇ ਆ ਅਤੇ ਦੇਸੀ ਬਾਈਟਸ ਭਾਅ ਜੀ ਦਾ ਸ਼ੁਕਰੀਆ ਇੱਥੇ ਬਾਈ ਦੇਖਦਾ ਜਿੰਦਾਬਾਦ ਇਹਨਾਂ 'ਤੇ ਪੱਕਾ ਹੀ ਚੱਲਦਾ ਦੇਖੋ ਧਰਮਿੰਦਰ ਮਾਵੀ ਭਾਅ ਜੀ ਦਾ ਰੈਸਟੋਰੈਂਟ ਆ ਅਤੇ ਉਹ ਮੇਰੀ ਆਵਾਜ਼ ਸੁਣਦੀ ਹੈਲੋ ਪਹਿਲਾਂ ਦੇਸੀ ਬਾਈਟਸ ਇਹਨਾਂ 'ਤੇ ਪੰਜਾਬੀ 'ਚ ਲਿਖਿਆ ਆਉਂਦਾ ਕਿਸਾਨ ਮਜ਼ਦੂਰ ਏਕਦਾ ਜਿੰਦਾਬਾਦ ਦੇਖੋ ਥੈਂਕ ਯੂ ਧਰਮਿੰਦਰ ਮਾਵੀ ਭਾਅ ਜੀ ਦਾ ਹੈਲੋ ਹੈਲੋ ਹਵਾ ਯਾਰ ਇੰਨੀ ਤੇਜ਼ ਕਿਹੜੀ ਜਿਹੜੀ ਮੇਰੀ ਆਵਾਜ਼ ਹੀ ਨਹੀਂ ਆਉਂਦੀ ਹੱਦ ਆ ਤੁਹਾਡੀ ਵੀ ਹੈਲੋ ਹੈਲੋ ਲਓ ਜੀ ਹਾਂ 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 ਕਰਾਊਨ ਰੋਇਲ ਮਾਂ ਬਲੈਕ ਲੇਬਲ ਜੌਨੀ ਲੇਬਲ ਜੇ ਪੀ ਬੀਸਰ ਹਰ ਤਰ੍ਹਾਂ ਦੀ ਦਾਰੂ ਖਰੀਦੋ ਇੱਥੋਂ ਗਲੈਨ ਬਲੇਟ ਹੁਣ ਠੀਕ ਆ ਹੁਣ ਤਾਂ ਠੀਕ ਹੋਣੀ ਆ ਹਵਾ ਉੱਧਰ ਆ ਹੁਣ ਬਾਈ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਵੀ ਦਾਰੂ ਪੀ ਸਕਦਾ ਇੱਥੇ ਜਿਹਨੂੰ ਏ ਬੀ ਸੀ ਵੀ ਨਹੀਂ ਆਉਂਦੀ ਸੋ ਦਾਰੂ ਇੱਥੇ ਪੰਜਾਬੀ 'ਚ ਲਿਖੀ ਹੋ ਆ ਦੇਖੋ ਪੇ ਬਾਈ ਉਹ ਆ ਜਾ ਮੜੀਆ ਦੱਸ ਕਿੱਦਾਂ ਕੀ ਹੋ ਰਿਹਾ ਆ ਜਾ ਮੜੀਆ ਨਾਂ ਤੇ ਪਤਾ ਦੱਸ ਆਪਣਾ ਜਾ ਫਿਰ ਭਰਾਵਾ ਤੂੰ ਵੀ ਫੀਲਿੰਗ ਲੈ ਗਿਆ ਠੰਡੀ ਬੀਅਰ ਏ ਡੀ ਐਮ ਵੀ ਅੰਦਰ ਹੈਗਾ ਦੇਖਦੇ ਹੁੰਦੇ ਭਾਅ ਜੀ ਕਿਹੜਾ ਪਿੰਡ ਆਪਣਾ ਕਿਹੜਾ ਖਾਸ ਪਿੰਡ ਆ ਥੈਂਕ ਯੂ ਆ ਵੀ ਬਾਈ ਦੇਖਦਾ ਹੁੰਦਾ ਵੀਡੀਓ ਵੀਡੀਓ ਦੇਖਦਾ ਹੁੰਦਾ ਥੈਂਕ ਯੂ ਕਿਹੜਾ ਪਿੰਡ ਆ ਥੈਂਕ ਯੂ ਲਓ ਜੀ ਅਤੇ ਬਾਕੀ ਕਿਸੇ ਦਿਨ ਤੁਹਾਨੂੰ ਗਹਿਣੇ ਵਾਲੇ ਵੀ ਸਪੈਸ਼ਲ ਦਿਖਾਵਾਂਗੇ ਅੱਜ ਤਾਂ ਇਮੀਗ੍ਰੇਸ਼ਨ ਵਾਲੇ ਹੀ ਤੁਹਾਨੂੰ ਦਿਖਾ ਰਹੇ ਹਾਂ ਸੋ ਆ ਜਾਓ ਅਜੇ ਹੋਰ ਰਹਿੰਦੀਆਂ ਭਾਅ ਜੀ ਹਵਾ ਬਹੁਤ ਆ ਹੁਣ ਹੁਣ ਠੀਕ ਆ ਹੁਣ ਮੈਂ ਹਵਾ ਦੇ ਓਪੋਜਿਟ ਹੋ ਗਿਆ ਹੁਣ ਆਪਾਂ ਹਵਾ ਨੂੰ ਰੋਕਤਾ ਆ ਦੇਖੋ ਜੀ ਇੰਨੀ ਠੰਡ 'ਚ -30 ਨਹੀਂ ਭਰਾਵੋ ਟੈਂਪਰੇਚਰ ਇੱਥੇ ਬਹੁਤ ਵਧੀਆ ਨਾ ਇੱਥੇ ਠੰਡ ਆ ਨਾ ਗਰਮੀ ਆ ਕਨੇਡਾ ਦਾ ਸਭ ਤੋਂ ਵਧੀਆ ਮੌਸਮ ਸਰੀ 'ਚ ਆ ਸਾਰੀ ਕਨੇਡਾ 'ਚ ਸਨੋਅ ਪਈ ਹੋਈ ਆ ਇੱਥੇ ਕੋਈ ਸਨੋਅ ਨਹੀਂ ਕੋਈ ਠੰਡ ਨਹੀਂ ਗੀ ਅਤੇ ਕਨੇਡੇ ਦੇ ਵਕੀਲ ਵੀ ਆ ਇੱਥੇ ਭਰਾਵੋ ਬਹੁਤ ਪੰਜਾਬੀ 'ਚ ਲਿਖਿਆ ਕਨੇਡੇ ਦੇ ਵਕੀਲ ਯਾਰ ਇੱਥੇ ਖੜ ਕੇ ਮੈਨੂੰ ਫੀਲਿੰਗ ਆਉਂਦੀ ਵੀ ਮੈਂ ਕਨੇਡਾ 'ਚ ਉੱਦਾਂ ਮੈਨੂੰ ਫੀਲਿੰਗ ਨਹੀਂ ਆਉਂਦੀ ਇੱਥੇ ਵੀ ਮੈਂ ਕਨੇਡਾ 'ਚ ਹੀ ਹਾਂ ਇੱਥੇ ਖੜ ਕੇ ਫੀਲਿੰਗ ਆਉਂਦੀ ਥੋੜ੍ਹੀ ਜਿਹੀ ਕਨੇਡੇ ਦੇ ਵਕੀਲ ਮੈਂ ਖੜ ਜਾਵਾਂ ਪੰਮਾ ਗੜ ਸ਼ੰਕਰੀਆ
ਹਿੰਦੀ ਤੈਨੂੰ ਬੱਚਾ ਬੱਚਾ ਜਾਣਦਾ। ਹਾਂਜੀ ਕੈਨੇਡਾ ਦੇ ਵਕੀਲ ਮੈਂ, ਕੈਨੇਡਾ 'ਚ ਹਾਂ ਭਰਾਵੋ। ਬਾਈ ਪੈੱਗ ਵਾਲਾ ਮੌਸਮ ਆ, ਗੱਲ ਤਾਂ ਸਹੀ ਆ ਯਾਰ, ਇੱਥੇ ਮੌਸਮ ਇੱਦਾਂ ਹੀ ਰਹਿੰਦਾ। ਦੇਖੋ ਸਾਰੇ ਕੈਨੇਡਾ 'ਚ ਸਨੋਅ ਪਈ ਹੋ ਆ, ਐਵੇਂ ਥੋੜ੍ਹੋ ਲੋਕ ਇੱਥੇ ਆ ਕੇ 30-50 ਲੱਖ ਖਰਚਦੇ ਆ। ਇਹ ਸਰੀ ਸਰੀ ਆ ਯਾਰ, ਬਾਕੀ ਉਹ ਗੱਲਾਂ ਦੀਆਂ ਗੱਲਾਂ, ਸਾਰੇ ਕੈਨੇਡਾ 'ਚ ਆਪਣੀ ਵੀਡੀਓ ਦੇਖੀ ਜਾਂਦੀ, ਧੰਨਵਾਦ। ਪਰ ਮੌਸਮ ਦੇ ਮਾਮਲੇ 'ਚ ਬਾਈ ਸਰੀ ਸਰੀ ਆ। ਅਤੇ ਭਰਾਵੋ ਸਾਡੇ ਨਾਲੋਂ ਬੁੱਤ ਹੀ ਚੰਗੇ, ਕੱਪੜੇ ਦੇਖੋ ਬੁੱਤਾਂ ਦੇ ਕਿੰਨੇ ਸੋਹਣੇ ਪਾਇਓ ਆ ਯਾਰ। ਰੱਬ ਨੇ ਆਪਣਾ ਇਹੀ ਸ਼ਿਕਵਾਇਆ। ਲਓ ਜੀ, ਸਰੀ ਗੋਲਡ ਜੂਲਰ, ਜੇਵਰ ਗੋਲਡ ਜੂਲਰ, ਚਾਂਦੀ ਗੋਲਡ ਜੂਲਰ, ਕੌਣ ਖਰੀਦਦਾ ਇੰਨੇ ਗਹਿਣੇ? ਪਹਿਲਾਂ ਤਾਂ ਮੈਨੂੰ ਦੱਸੋ। ਮੈਂ ਵੀ ਯਾਰ, ਮਾਤਾ ਕਹਿੰਦੀ ਸੀ ਪੁੱਤ ਦੀਵਾਲੀ ਵਾਲੇ ਦਿਨ ਤੂੰ ਵੀ ਚੇਨੀ ਬਣਾ ਲਾ। ਮਾਤਾ ਤੇਰੇ ਕਹਿੰਦੇ ਬਣਾ ਲੈਂਦੇ ਹਾਂ ਹੁਣ ਚੇਨੀ। ਸਹੁੰ ਲੱਗੇ ਬਾਈ, ਉਹ ਰੱਬ ਦੀ, ਉਹ ਸਾਹਮਣੇ ਰੱਬ ਹੀ ਆ। ਤੁਸੀਂ ਕਹਿੰਦੇ ਰੱਬ ਆ, ਚਲੋ ਉਹਦੀ ਸਹੁੰ ਬੱਦਲਾਂ ਦੇ ਪਿੱਛੇ ਜਿਹੜਾ ਵੀ ਆ, ਕੋਈ ਵੀ ਲਾ ਲਓ, ਜਿਹੜਾ ਅਦ੍ਰਿਸ਼ਿਆ ਅਮੇਟਿਆ ਜੋ ਵੀ ਲਾ ਲਓ, ਕੁਦਰਤ ਲਾ ਲਓ, ਉਹ ਬੱਦਲਾਂ ਦੇ ਪਿੱਛੇ ਉਹਦੀ ਸਹੁੰ ਲੱਗੇ। ਮੈਂ ਅੱਜ ਤੱਕ ਸੋਨੇ ਦੀ ਚੇਨੀ ਨਹੀਂ ਪਾ ਕੇ ਦੇਖੀ, ਐਵੇਂ ਕਹਿ ਦੇਵਾਂ। ਸ਼ੌਂਕ ਵੀ ਨਹੀਂ ਸੀਗਾ, ਇਹ ਨਹੀਂ ਗੱਲ, ਅਤੇ ਪਾ ਕੇ ਨਹੀਂ ਦੇਖੀ। ਹੁਣ ਇੰਨੀਆਂ ਦੁਕਾਨਾਂ ਆ, ਫਿਰ ਪਾਉਣੀ ਪੈਣੀ ਆ। ਪੁੱਛ ਕੇ ਆਉਂਦੇ ਰੇਟ ਕੀ ਆ, ਪਰ ਰੇਟ ਕਿਸੇ ਦੀ ਦੁਕਾਨ ਦੇ ਆਪਾਂ ਕਦੇ ਅੰਦਰ ਜਾਈਏ? ਆਪਾਂ ਤਾਂ ਪੈਸੇ ਲਵਾਂਗੇ ਜਾਣਦੇ ਕਿ ਨਹੀਂ, ਕਿ ਨਹੀਂ। ਹੁਣ ਜਿੱਦਾਂ ਇੱਥੇ ਸਾਰੇ ਰੇਟ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਭਰਾਵੋ, ਇੱਕ ਨਾ ਇੱਧਰ ਵੀ ਹੈਗੀ ਇਮੀਗ੍ਰੇਸ਼ਨ ਭਰਾਵੋ, ਮੇਰੀਆਂ ਤਾਂ ਲੱਤਾਂ ਦੁਖਣ ਲੱਗ ਪਈਆਂ ਯਾਰ, ਮੇਰੇ ਤੋਂ ਨਹੀਂ ਦਿਖਾ ਹੁੰਦੇ ਆ ਇੰਨੇ ਆ ਇਮੀਗ੍ਰੇਸ਼ਨ ਵਾਲੇ, ਉਹ ਦਿਖਾ ਲਿਓ ਨਾ। ਚਲੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਾਈ, ਮੈਂ ਨਾ ਕਿਸੇ ਦਾ ਮੰਨ ਲਓ ਫੋਰ ਐਗਜ਼ਾਮਪਲ ਰੈਸਟੋਰੈਂਟ ਵਾਲੇ ਕੋਲ ਗਿਆ, ਹੈ ਨਾ ਬਈ ਡੀਲ ਹੋਈ ਵੀ ਐਡ ਕਰਨੀ ਆ ਫੋਰ ਐਗਜ਼ਾਮਪਲ, ਅਤੇ ਇੱਥੇ ਚੱਕਰ ਪਤਾ ਕੀ ਆ, ਇੱਥੇ ਹੁਣ ਘੱਟੋ ਘੱਟ ਸਰੀ 'ਚ ਜਿਹੜੇ ਕਾਰਾਂ 'ਚ ਚੱਲਦੇ ਆ, ਘੱਟੋ ਘੱਟ 15-20 ਰੇਡੀਓ ਆ ਪੰਜਾਬੀ, 15-20 ਤੋਂ ਜ਼ਿਆਦਾ ਹੀ ਆ ਜਿਹੜੇ ਆਮ ਲੋਕ ਸੁਣਦੇ ਆ, ਹੈ ਨਾ ਇੱਥੇ। ਚਲੋ 20 ਲਾ ਲਓ। ਉਹ ਇੱਕ ਬੈਸਟ ਇਮੀਗ੍ਰੇਸ਼ਨ ਤੁਹਾਡਾ ਵੀ ਦਿਖਾ ਦਿੰਦੇ ਆ ਭਾਅ ਜੀ, ਸ਼ਾਲੀ ਭੈਣ ਪਾਉਣ ਦੀਆਂ ਬੜੀਆਂ ਦੁਕਾਨਾਂ ਸਾਲੀਆਂ, ਇੱਥੇ ਮਿਲਦਾ ਕੀ ਆ ਯਾਰ, ਦੇਖ ਕੇ ਆਈਏ। ਦੱਸੋ ਤਾਂ ਫਿਰ, ਦੱਸੋ ਫਿਰ, ਚਲੀਏ ਪਾਉਣ ਵਾਲੇ ਕੋ, ਸ਼ਾਲੀਮਾਰ ਪਾਨ ਜਾਈਏ ਅੰਦਰ, ਮੈਂ ਗਿਆ ਨਹੀਂ ਕਦੀ ਯਾਰ। ਇਹ ਤਾਂ ਹੋਰ ਹੀ ਕੁਛ ਆ ਭਰਾਵੋ, ਇਹ ਤਾਂ ਮਿੱਠਾ ਹੀ ਦਈ ਜਾਂਦੇ ਆ, ਉਹ ਮਿੱਠਾ ਥੋੜ੍ਹੋ ਆਪਾਂ ਤਾਂ ਦੂਜਾ ਬਨਾਰਸ ਵਾਲਾ ਪਾਨ ਲੈਣਾ, ਇਹ ਤਾਂ ਦਹੀਂ ਭੱਲੇ ਵੇਚੀ ਜਾਂਦੇ ਪਾਨ ਦਾ ਲਿਖ ਕੇ। ਲਓ ਜੀ, ਧੰਨਵਾਦ ਭਾਅ ਜੀ, ਤੁਸੀਂ ਪੰਜਾਬੀ 'ਚ ਲਿਖਿਆ ਸਾਰਾ ਕੁਛ, ਹੈ ਨਾ। ਦੇਖੋ ਟੀ ਵੀ, ਬੈਗ ਜੂਮ, ਮਾਈਕ੍ਰੋਵੇਵ, ਆਟੇ ਵਾਲੀ ਮਸ਼ੀਨ, ਪੰਜਾਬੀ ਦਾ ਮੈਨੂੰ ਬਹੁਤ ਵਧੀਆ ਆਉਂਦੀ ਜਾਣਕਾਰੀ, ਟ੍ਰੈਡਮਿਲ, ਕਾਰਡਮੋਡ, ਵੀਡੀਓ ਗੇਮ, ਸਲਾਈਮ ਮਸ਼ੀਨ, ਹੇਅਰ ਸਟਾਈਲ, ਮਿਕਸਰ, ਗ੍ਰੈਂਡਰ, ਜੂਸਰ ਆਦਿ ਰਿਪੇਅਰ ਕੀਤੀ ਜਾਂਦੀ ਹੈ। ਥੈਂਕ ਯੂ ਭਾਅ ਜੀ, ਤੁਸੀਂ ਪੰਜਾਬੀ 'ਚ ਲਿਖਿਆ, ਥੈਂਕ ਯੂ ਸੋ ਮੱਚ, ਤੁਸੀਂ ਨੋ ਫਾਰਮਰ ਨੋ ਫੂਡ ਲੈਵਲ ਆਇਆ, ਧੰਨਵਾਦ ਤੁਹਾਡਾ ਜੀ। ਹੁੱਕਾ ਮਿਲਦਾ ਭਾਅ ਜੀ, ਹੁੱਕਾ ਵੀ ਮਿਲਦਾ ਆ, ਆ ਜਾਓ ਪਾਉਣ ਵਾਲੇ ਕੋਲ ਜਾਂਦੇ ਹਾਂ। ਫਿਰ ਆਪਾਂ ਵੀਡੀਓ ਆਫ ਕਰਾਂਗੇ, ਅਤੇ ਮਨੂ ਭਾਅ ਜੀ ਦਾ ਫੋਨ ਆਉਣ ਡਿਆ, ਅਤੇ ਸੱਚ ਲਵ ਪੰਜਾਬ ਫਿਲਮ ਵੀ ਆ ਰਹੀ ਆ, ਉਹ ਵੀ ਆਪਾਂ ਅੱਜ ਕਿੰਨੀ, ਉਹ 1 ਤਰੀਕ ਤਾਂ ਅੱਜ ਹੋ ਗਈ, ਸੱਚ ਅੱਜ ਹੀ ਦੇਖਣ ਜਾਣੀ ਆ ਖਰੇ। ਓਹੋ, ਨਿਮਰਤ ਖਹਿਰਾ ਜੀ ਦੀ ਫਿਲਮ ਆ ਰਹੀ ਆਪਣੇ ਅੰਬਰਦੀਪ ਭਾਅ ਜੀ ਦੀ, ਓਹੋ ਅੱਜ ਆ ਸ਼ਾਮ ਨੂੰ, ਮੈਂ ਕਿੱਧਰ ਘੁੰਮੀ ਜਾਂਦਾ, ਮੈਂ ਚੱਲਾਂ ਘਰ ਨੂੰ। ਅਤੇ ਹਾਂਜੀ, ਅਤੇ ਬਾਕੀ ਇੱਥੇ ਆ ਜੀ, ਆ ਲਿਖਿਆ ਚੈਟਰ ਮੋਬਾਈਲ। ਮੈਂ ਸਾਹ, ਮੈਂ ਗੱਲ ਕੀ ਕਰਦਾ ਸੀ, ਇੱਕ ਰੈਸਟੋਰੈਂਟ ਵਾਲੇ 'ਤੇ ਮੈਂ ਗਿਆ, ਡੀਲ ਹੋਈ ਹੈ ਨਾ, ਕਹਿੰਦੇ ਸਾਡੀ ਐਡ ਕਰਨੀ, ਮੈਂ ਕਿਹਾ ਚਲੋ ਕਰ ਦੂੰ। ਚੱਕਰ ਪਤਾ ਕੀ ਇੱਥੇ ਯਾਰ, ਹੁਣ ਬਿਜ਼ਨਸਮੈਨ ਵਾਲਿਆਂ ਦਾ, ਤੁਸੀਂ ਬਾਕੀ 20-25-30 ਰੇਡੀਓ ਸਾਰਿਆਂ ਸਰੀ ਦੀਆਂ ਰੇਡੀਓਆਂ 'ਤੇ ਤੁਹਾਡੀ ਐਡ ਚੱਲਦੀ ਹੈ ਨਾ, ਅਤੇ ਉਹਨਾਂ ਨੂੰ ਤਾਂ ਤੁਸੀਂ ਕਹਿੰਦੇ ਨਹੀਂ ਵੀ ਦੱਸੋ ਬਾਈ ਤੁਹਾਡਾ ਰੇਡੀਓ ਸੁਣ ਕੇ ਕਿੰਨਾ ਗਾਹਕ ਆਏ। ਮੈਨੂੰ ਸ਼ਰਤਾਂ ਲਾ ਦਿੰਦੇ ਆ ਵੀ ਤੇਰੀ ਵੀਡੀਓ ਸੁਣ ਕੇ ਕਿੱਦਾਂ ਸਾਡੇ ਗਾਹਕ ਆਊਗੇ, ਕਿੱਦਾਂ ਪਤਾ ਲੱਗੇਗਾ, ਹੈ ਨਾ। ਵੀ ਮੇਰੇ 'ਤੇ ਕਾਹਦੇ ਸ਼ਰਤਾਂ ਲਾਉਂਦੇ ਆ ਭਰਾਵੋ, ਹੈ ਨਾ, ਨਹੀਂ ਕਰਾਉਣੀ ਨਾ ਕਰਾਓ, ਆਪਾਂ ਵੀ ਮੂਹਰੇ ਉੱਦਾਂ ਦੇ ਆ, ਆਪਣੀਆਂ ਕਿਹੜੀਆਂ ਬਹੁਤ ਇੱਛਾਵਾਂ ਆ, 2 ਟਾਈਮ ਦੀ ਰੋਟੀ ਆਪਾਂ ਨੂੰ ਮਿਲੀ ਜਾਂਦੀ ਆ, ਸਹੀ ਹੈ ਨਾ। ਸੋ ਇਹੀ ਆ ਬਾਈ ਗਿਲਾ, ਵੀ ਬਾਕੀ ਇੱਥੇ 3600 ਰੇਡੀਓ, ਉਹਨਾਂ 'ਤੇ ਦਿਨ ਰਾਤ ਤੁਹਾਡੀ ਐਡ ਚੱਲਦੀ, ਉਹਨਾਂ ਨੂੰ ਤਾਂ ਤੁਸੀਂ ਕਦੀ ਪੁੱਛਿਆ ਨਹੀਂ ਵੀ ਤੁਹਾਡਾ ਰੇਡੀਓ ਸੁਣ ਕੇ ਕਿੰਨੇ ਗਾਹਕ ਸਾਡੇ ਕੋਲ ਆਏ, ਮੈਨੂੰ ਕਾਹਦੇ ਕਿੰਨੇ ਆ, ਹੈ ਨਾ। ਸੋ ਆਪਾਂ ਇਸ ਲਈ ਕਿਸੇ ਦੀ ਐਡ ਹੀ ਨਹੀਂ ਕਰੀਦੀ, ਕਦੀ ਕੀਤੀ ਮੈਂ ਕਿਸੇ ਦੀ ਐਡ, ਨਹੀਂ ਕਰਦਾ। ਗੱਲ ਵੀ ਖਤਮ ਆ ਯਾਰ, 15 ਜੂਲਰ ਵਾਲਿਆਂ ਦੀ ਕੀਤੀ ਸੀਗੀ, ਵਧੀਆ ਬੰਦੇ ਆ, ਇੱਦਾਂ ਹੀ ਦੇਖ ਕੇ, ਬਾਹਰੋਂ ਹੀ ਦੇਖ ਕੇ ਦਿਲ ਖੁਸ਼ ਕਰ ਲਈਦਾ ਸਾਲਾ ਹੀਰੇ ਚਾਂਦੀ। ਆ ਜਾਓ ਹੋਰ ਦਿਖਾਉਂਦੇ, ਇੱਧਰ ਵੀ ਰਹਿੰਦੇ ਆ ਜੀ ਇਮੀਗ੍ਰੇਸ਼ਨ ਵਾਲੇ। ਭਾਈ ਆਪਣੇ ਸ਼ੂ ਦਿਖਾ, ਸ਼ੂ ਦੇਖ ਲਾ ਭਰਾਵਾ ਮੇਰੇ, ਸ਼ੂ ਖੋਲ ਕੇ ਦਿਖਾ ਦਿੰਦਾ ਭਰਾਵਾ, ਲੈ ਦੇਖ ਲਾ ਜੀ ਕੀ ਆ, ਲੈ ਦੇਖ ਲਾ ਭਰਾਵਾ। ਹਾਂ ਮੇਰੇ ਸ਼ੂ ਅੰਡਰ ਆਰਮਰ ਦੇ 10-15 ਦੇ ਆਏ ਹੋਣੇ ਆ। ਹੋਰ ਭਾਅ ਜੀ ਹੋਰ ਦੱਸੋ ਕੀ ਦੇਖਣਾ।
ਸ਼ੂਆਂ ਤੋਂ ਚੇਤਿਆ ਕਿੱਟੇ ਕਟੋਕ ਸਟਾਰ ਭੈ ਆਪਣੇ ਬੂਟ ਕਿਸੇ ਬੰਦੇ ਤੋਂ ਪਵਾਉਣ ਡਿਆ। ਪੰਜਾਬ 'ਚ ਇੰਨਾ ਮਾੜਾ ਹਾਲ ਯਾਰ ਜਨਤਾ ਦਾ, ਉਹਦੀ ਗੱਲ ਵੀ ਕਰਾਂਗੇ। ਕਿੱਟੇ ਕਟੋਕ ਸਟਾਰ ਦਾ ਵਿਆਹ ਹੋਇਆ, 7 ਬੋਡੀਗਾਰਡ ਲੈ ਕੇ ਆਈ ਵਿਆਹ 'ਚ। ਸਾਲੇ ਟਿਕਟੋਕ ਸਟਾਰ ਬਹੁਤ ਫੀਲਿੰਗ ਚੱਕ ਰਹੇ ਇੰਡੀਆ। ਆਹ ਜਿਊਲਰੀ ਵਾਲੇ ਬਹੁਤ ਆ ਭਰਾਵੋ, ਓਹੋ ਜਿਊਲਰੀ ਕੱਪੜਾ ਜਿਹਨਾਂ ਜਿਹਨਾਂ ਨੇ ਨੋ ਫਾਰਮਰ ਨੋ ਫੂਡ ਦੇ ਅਜੇ ਲਾਏ ਨਹੀਂ, ਹੈ ਨਾ। ਅਤੇ ਕੈਂ ਆਹ ਕਿਹੜੀ ਆ ਭਰਾਵੋ, ਕਿਲਵੇਸ਼ ਇਮੀਗ੍ਰੇਸ਼ਨ ਨਹੀਂ ਨਹੀਂ ਕੈਨਵੇਸ਼ ਆ ਭਰਾਵੋ, ਕਿਲਵੇਸ਼ ਨਾ ਸਮਝ ਲਿਓ ਅੰਧੇਰਾ ਕਹਿਣ ਰਹੇ। ਇੱਧਰ ਵੀ ਯਾਦ ਭਾਟੀਆ ਇਮੀਗ੍ਰੇਸ਼ਨ, ਬੱਲੇ ਬੱਲੇ ਬੱਲੇ, ਮੇਰੀਆਂ ਤਾਂ ਲੱਤਾਂ ਗੜੈਂ ਗੜੈਂ ਹੋਣ ਲੱਗ ਪਈਆਂ ਬਾਈ ਜੀ। ਮੈਂ ਚੱਲਾਂ ਅਤੇ ਕੈਨਵੇਸ਼ ਇਮੀਗ੍ਰੇਸ਼ਨ ਯਾਰ, ਸਭ ਤੋਂ ਵੱਧ ਦੁਕਾਨਾਂ ਹੈਗੀਆਂ ਆ ਇਹਨਾਂ ਪਲਾਜ਼ਿਆਂ 'ਚ ਫੀਮੇਲ ਦੇ ਸਮਾਨ ਦੀਆਂ, ਕਹਿਣ ਦਾ ਭਾਵ ਫੀਮੇਲ ਦੇ ਕੱਪੜੇ, ਫੀਮੇਲ ਦੇ ਗਹਿਣੇ ਗੱਟੇ ਦੀ, ਅਤੇ ਫਿਰ ਹੈਗੇ ਇਮੀਗ੍ਰੇਸ਼ਨ ਵਾਲੇ, ਅਤੇ ਫਿਰ ਹੈਗੇ ਮਠਿਆਈ ਵਾਲੇ। ਇਹ ਤਿੰਨ ਚਾਰ ਹੀ ਦੁਕਾਨਾਂ ਤੁਹਾਨੂੰ ਇਹਨਾਂ ਪਲਾਜ਼ਿਆਂ 'ਚ ਮਿਲਣੀਆਂ, ਹੈ ਨਾ। ਸੋ ਧੰਨ ਆ ਭਰਾਵੋ ਜਿਹੜੇ ਵਿਆਹ ਕਰਾਉਂਦੇ ਆ ਅਤੇ ਉਹਨਾਂ ਦੀ ਘਰ ਵਾਲੀਆਂ ਇੰਨੇ ਪੈਸੇ ਖਰਚਦੀਆਂ, ਹੈ ਨਾ। ਚਲੋ ਇੱਕ ਤਾਂ ਹੁੰਦੀ ਚੀਜ਼ ਪਾਉਣੀ ਵਰਤਣੀ, ਅਤੇ ਇੱਕ ਹੁੰਦੀ ਉੱਦਾਂ ਹੀ ਬਸ ਸੋਨੇ ਲਿਆ ਮੈਂ ਵੀ ਲੈਣਾ ਆ, ਇੱਕ ਅੱਧੀ ਵਾਰ ਪਾ ਗਏ ਤੂੰ ਕੌਣ ਮੈਂ ਕੌਣ। ਓਹੋ ਅਤੇ ਇਹ ਆ ਜੀ, ਬਾਕੀ ਅੱਧੇ ਤੋਂ ਜ਼ਿਆਦਾ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਦੁਕਾਨਾਂ ਮਿਸ ਹੋ ਗਈਆਂ, ਕਈ ਬੋਰਡ ਨਹੀਂ ਦਿਸੇ, ਕਈ ਮੈਂ ਜਾਣ ਕੇ ਨਹੀਂ ਦਿਖਾਏ, ਲਾ ਲਓ ਵਟ ਐਵਰ, ਹੈ ਨਾ। ਇਹ ਆ ਜੀ ਪਾਇਲ ਪਲਾਜ਼ਾ। ਸੋ ਜੇ ਵੀ ਕਿਸੇ ਦਾ ਸਰੀ 'ਚ ਰਿਸ਼ਤੇਦਾਰ ਆਉਂਦਾ, ਉਹ ਰਿਸ਼ਤੇਦਾਰ ਨੂੰ ਇੱਥੇ ਜ਼ਰੂਰ ਲੈ ਕੇ ਆਉਂਦੇ ਆ। ਸੋ ਮੈਂ ਤਾਂ ਇਹੀ ਕਹਿੰਦਾ, ਜਿਹੜਾ ਸੱਚੇ ਦਿਲੋਂ ਵੀਡੀਓ ਸ਼ੇਅਰ ਕਰੂਗਾ, ਉਹ ਰੱਬਾ ਉਹ ਬੰਦੇ ਨੂੰ ਆ ਪਾਇਲ ਪਲਾਜ਼ਾ ਜ਼ਰੂਰ ਦਿਖਾਈ, ਜਿਹੜਾ ਸੱਚੇ ਦਿਲੋਂ ਕਰੂ, ਹੈ ਨਾ। ਬਿਮਲ ਵਾਲੇ ਵੀ ਹੈਗੇ ਆ ਭਾਅ ਜੀ, ਉਹ ਇੱਥੇ ਪਾਨ ਮਸਾਲੇ ਵਾਲੇ ਦੇ ਚੱਲੀਏ ਯਾਰ, ਰਹਿਣੀ ਦਿਓ। ਮੈਨੂੰ ਫੋਨ ਆਉਣ ਡਿਆ, ਉਹ ਫਿਲਮ ਤੀਜਾ ਪੰਜਾਬ ਦਾ ਆਪਾਂ ਟ੍ਰੇਲਰ ਕੀ ਕਹਿੰਦੇ ਹੁੰਦੇ ਪ੍ਰੀਮੀਅਰ ਦੇਖਣ ਜਾਣਾ, ਸੋ ਲੇਟ ਨਾ ਹੋ ਜਾਵਾਂ, ਹੈ ਨਾ, ਜਿਹੜੇ ਮੈਂ ਕੰਮ ਚੱਲਾਂ। ਸੋ ਇੱਧਰ ਦੀ ਸਾਨੂੰ ਦਿਖਾ ਜਾਂਦੇ ਹਾਂ ਦੋ ਕੁ ਚੀਜ਼ਾਂ ਹੋਰ। ਕੱਪੜਾ ਮੰਡੀ, ਇਹਨਾਂ ਨੂੰ ਕੰਬਲ ਪੁੱਛ ਕੇ ਆਈਏ ਕਿੰਨੇ ਦਾ, ਉੱਧਰ ਹੀ ਆ ਜਾਓ ਮਰਜ਼ੀ। ਬਲੈਂਕਟ ਹੈਗੇ ਤੁਹਾਡੇ, ਕੰਬਲ ਕੰਬਲ ਉਹ ਸਿਰੇ ਤੇ ਦੇਖ ਕੇ ਸਰ ਬਲੈਂਕਟ ਦੇਖ ਲਈਏ ਭਰਾਵੋ, ਮੇਰੇ ਵਾਲੇ ਜੋ ਥੋੜ੍ਹਾ ਮੁਸ਼ਕ ਆਉਂਦਾ ਹੁੰਦਾ ਧੋਤਾ ਨਹੀਂ। ਦੇਖੋ ਸੂਟ ਸੇਲ ਸੇਲ ਸੇਲ, ਸਵਰਗਾਂ ਜ਼ਿਆਦਾ ਸਵਰਗਾਂ ਜ਼ਿਆਦਾ। ਦੇਖੋ ਬੱਲੇ ਬੱਲੇ ਬੱਲੇ, ਸੂਟ 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 ਸੂਟ, ਕੰਬਲ ਦੇਖਣਾ ਜੀ ਉਹ ਨੋਰਮਲ ਜਿਹੜਾ ਹੁੰਦਾ, ਕਿੰਨੇ ਕੁ ਦਾ ਆ? 60-75 60-75 ਨਹੀਂ ਰੇਟ, ਅੱਛਾ ਆਹ ਹੈਗੇ ਆ, ਥੈਂਕ ਯੂ। ਆਹ ਦਿਖਾਉਂਦਾ ਸੀ ਮੈਂ ਕਿਸੇ ਨੂੰ ਮੜ ਜਾ, ਨਹੀਂ ਅੱਛਾ ਇਹ 75 ਵਾਲੇ, ਉਹ ਪਰਾਂ 60 ਵਾਲੇ ਆ। ਓਕੇ ਥੈਂਕ ਯੂ, ਆਹ ਮੜ ਜਾ ਚੈੱਕ ਕਰਾ ਦੇਵਾਂ। ਗੁਲਾਬੀ ਕਾਲਾ ਹੈਗੇ ਤਾਂ ਵਧੀਆ, ਇਹ ਕਿੰਨੇ ਦਾ ਆ? ਘੱਟ ਨਹੀਂ ਹੋਊ ਜਿੱਦਾਂ ਹੁੰਦਾ ਘੱਟ ਵੱਧ? ਵਧੀਆ ਉਹ ਜਿਹੜਾ ਰੰਗ, ਮੈਂ ਇੱਕ ਤਾਂ ਮੇਰੇ ਵਰਗਾ ਗੰਦਾ ਬਹੁਤ ਛੇਤੀ ਕਰ ਦਿੰਦਾ, ਜਿਹੜਾ ਰੰਗ ਗੰਦਾ ਨਾ ਹੋਵੇ ਉਹ ਦਿਖਾਓ। ਆਹ 40 ਦੇ, ਇਹ ਥੋੜ੍ਹੇ ਹਲਕੇ ਆ, ਉਹੀ ਵਧੀਆ ਜੇ ਦੇਖਣੇ ਆ ਤਾਂ। ਆਹ ਵਧੀਆ ਆ, ਪਤਾ ਵੀ ਲੱਗਣਾ ਵੀ ਕੰਬਲ ਲਿਆ, 75 ਦਾ ਆ। ਚਲੋ ਰੇਟ ਦਾ ਤਾਂ ਕੋਈ ਨਹੀਂ, ਘਟਾ ਲਾਂਗੇ ਮਾੜਾ 10 ਡਾਲਰ। ਇਹ ਆਹ ਠੀਕ ਹੈ, ਭੂਰਾ ਜਿਹਾ ਗੰਦਾ ਨਾ ਪਤਾ ਲੱਗੇ, ਇਹ ਧੁਆ ਵੀ ਹੋਜੂ। ਪਚੱਤਰਾਂ ਦਾ, ਕਿੰਨੇ ਵਜੇ ਤੱਕ ਓਪਨ ਹੈ ਤੁਸੀਂ? 7 ਵਜੇ ਓਕੇ ਥੈਂਕ ਯੂ। 7 ਵਜੇ ਤੱਕ ਓਪਨ ਆ 75 ਦਾ, 7 × 42 5000 ਰੁਪਏ ਦਾ ਕੰਬਲ। ਗਾਣਾ ਕਿੱਦਾਂ ਦਾ ਲੱਗਾ, ਬੁੱਚੀਆਂ ਪਾਉਂਦਾ ਰਹਿੰਦਾ ਮੁੰਡਾ ਮੁਟਿਆਰ ਦੀਆਂ।
ਸੂਟ ਹੀ ਸੂਟ, ਸੂਟ ਹੀ ਸੂਟ, ਧਾਗੇ ਵੀ ਸਾਰਾ ਕੁਛ ਮਿਲਦਾ। ਦੇਖ ਲਓ ਇੱਥੇ ਤਾਂ ਰੇਡੀਓ ਦੇ ਗਾਣੇ ਇੱਦਾਂ ਦੇ ਚੱਲਦੇ ਆ, ਬੁੱਚੀਆਂ ਪਾਉਂਦਾ ਰਹਿੰਦਾ ਮੁੰਡਾ ਮੁਟਿਆਰ ਦੀਆਂ। ਲਓ ਜੀ ਉਹ ਨਹੀਂ ਸੀ ਗਾਣਾ ਲਾ, ਰੇਡੀਓ 'ਤੇ ਚੱਲਦਾ ਸੀਗਾ। ਇੱਥੇ ਬਾਈ ਸੌ ਵੀ ਮਿਲਦੇ ਆ, ਜੇ ਕੋਈ ਬੱਕਰਾ ਖਾਣ ਦਾ ਸ਼ੌਕੀਨ ਆ, ਹੈ ਨਾ, ਸਾਰੇ ਕੁਛ ਮਿਲਦਾ। ਗੋਟਾ ਮੰਡੀ ਗੋਟ ਵੀ ਮਿਲਦੀ ਆ, ਬੱਕਰਾ ਚਿਕਨ, ਹੈ ਨਾ, ਅਤੇ ਸੂਟਾਂ ਦੀ ਸਿਲਾਈ, ਪੱਗੜੀਆਂ ਦੀ ਸਿਲਾਈ, ਸਾਰੇ ਕੁਛ ਹੁੰਦਾ। ਪਰ ਯਾਰ ਏ ਟੂ ਮੈਂ ਸ਼ੁਰੂ 'ਚ ਦੱਸਿਆ ਤੁਹਾਨੂੰ ਵੀ ਇੱਥੇ ਇਕੱਲਾ ਮਰਿਆ ਬੰਦਾ ਜਿੰਦਾ ਨਹੀਂ ਹੁੰਦਾ, ਬਾਕੀ ਸਭ ਕੁਛ ਹੋ ਜਾਂਦਾ। ਘਬਰਾਇਓ ਨਾ, ਬਸ ਜਹਾਜ਼ ਫੜੋ ਅਤੇ ਆ ਜਾਓ ਪੈਸਿਆਂ ਦਾ ਝੋਲਾ ਭਰ ਕੇ। ਅਤੇ ਝੋਲਾ ਇੰਨਾ ਕੁ ਨਹੀਂ ਚਾਹੀਦਾ, ਛੋਟਾ ਆ, ਥੋੜ੍ਹਾ ਵੱਡਾ ਚਾਹੀਦਾ। ਅਤੇ ਹੁਣ ਆਪਾਂ ਚੱਲੇ ਹਾਂ, ਅਤੇ ਮਨੂ ਭਾਅ ਜੀ ਨੂੰ ਕਰੀਏ ਕੌਲ। ਅਤੇ ਨਿਮਰਤ ਖਹਿਰਾ ਅਤੇ ਅੰਬਰਦੀਪ ਭਾਅ ਜੀ ਦੀ ਫਿਲਮ ਆ ਰਹੀ ਤੀਜਾ ਪੰਜਾਬ 3 ਤਰੀਕ ਨੂੰ, ਇੰਡੀਆ 'ਚ 2 ਤਾਂ ਹੋ ਗਈ ਆ। ਸੋ ਉਹਦਾ ਆਪਾਂ ਰਿਵਿਊ ਵੀ ਦੇਵਾਂਗੇ, ਮਸਟ ਵਾਚ ਆ, ਕਿਸਾਨੀ ਦੀ ਫਿਲਮ ਆ। ਅਤੇ ਜਾਂਦੇ ਜਾਂਦੇ ਉਹ ਉੱਥੇ ਆਪਾਂ ਫਿਲਮ ਦਾ ਅੰਤ ਕਰ ਦੇਣਾ, ਫਿਲਮ ਦਾ ਨਹੀਂ ਸੱਚ ਵੀਡੀਓ ਦਾ। ਅਤੇ ਕੱਪੜਾ ਮੰਡੀ 75 ਦਾ ਕੰਬਲ, ਉਹ 75 ਦਾ ਸੀ ਭਰਾਵਾ ਕੰਬਲ, 75 ਦੇ ਬਣ ਗਏ ਇੰਡੀਆ ਦੇ ਹਿਸਾਬ ਨਾਲ। 5000 ਦਾ ਆ, ਇੰਡੀਆ 'ਚ ਕਿੰਨੇ ਰੁਪਏ ਦਾ ਆਉਂਦਾ ਦੱਸਿਓ ਮੜ ਜਾ, ਦੇਖ ਲੈਂਦੇ ਹਾਂ ਫਿਰ। 5000 ਰੁਪਈਏ ਦਾ, ਤੁਹਾਡੇ ਰੁਪਈਆਂ ਦੇ ਰੇਟ ਨਾਲ 5000 ਦਾ ਸੀ ਦੱਸਿਓ ਤਾਂ, ਕਿਉਂਕਿ 60 ਰੁਪਏ ਰੇਟ ਆ ਅਤੇ ਸੱਤੂ ਸ਼ੀਕ 42। 5000 ਦਾ ਸੀ, ਇੰਡੀਆ 'ਚ ਕਿੰਨੇ ਕੁ ਦਾ ਮਿਲ ਜਾਂਦਾ? ਲਓ ਯਾਰ ਕੀ ਕਰੇ, ਲਓ ਤਾਂ ਕਿੱਦਾਂ ਘੱਗਰੇ ਪਾ ਕੇ ਖੜੀਆਂ ਆ। ਲਓ ਸਾਡੇ ਨਾਲ ਤਾਂ ਆਹੀ ਚੰਗੀਆਂ, ਆਹ ਦੇਖ ਲਓ ਕਿੰਨੇ ਸੋਹਣੇ ਸੋਹਣੇ ਸੂਟ ਪਾਏ ਆ, ਹੈ ਦੇਖੋ ਤਾਂ। ਇੰਡੀਆ ਕਿੰਨੇ ਰੁਪਏ ਦਾ ਆ ਜਾਂਦਾ? ਵਰਨ ਧੀਰ ਕਹਿੰਦਾ 2000 ਦਾ ਮਿਲ ਜਾਂਦਾ। ਪੂਜਾ ਸੇਠੀ 2000 ਕਹਿੰਦੇ, 2000 ਨਾਓ ਹਾਇਰਿੰਗ ਆ, ਸੱਚ ਨਾਓ ਹਾਇਰਿੰਗ 'ਤੇ ਬਹੁਤ ਬੋਰਡ ਲੱਗੇ ਹੋਏ ਸੀ, ਮੈਂ ਦਿਖਾਏ ਨਹੀਂ ਭਰਾਵੋ, ਆਹ ਦੇਖ ਲਓ। ਨਾਓ ਹਾਇਰਿੰਗ, ਕਿਚਨ ਹੈਲਪਰ, ਕੈਸ਼ੀਅਰ, ਫੂਡ, ਆਟਾ ਗੁੰਨਣ ਵਾਲੀ, ਦੰਦ, ਜਿਹੜਾ ਦੰਦਾਂ ਨਾਲ ਆਟਾ ਗੁੰਨਦੇ ਉਹ ਚਾਹੀਦਾ। ਹਾਇਰਿੰਗ ਨਾਓ, ਕਿਚਨ ਹੈਲਪਰ, ਕੈਸ਼ੀਅਰ, ਫੂਡ, ਆਟਾ, ਦੰਦ, ਅਸ਼ੀਸ਼ ਕੋਚਰ 300 ਦਾ। 300 ਦਾ ਕਿਹੜਾ ਕੰਬਲ ਆਜੂ ਭੈਣ, ਕੰਬਲ ਆ ਲੀ ਰਿਹਾ 300 ਦਾ। ਜਿੰਮੀ ਸਿੰਘ 2500 ਦਾ, ਯਾਰ ਵਧੀਆ ਵਧੀਆ। ਹੁਣ ਉੱਥੇ ਇੱਕ ਹੋਰ ਪਿਆ ਸੀ $40 ਦਾ, ਉਹ ਵੀ ਪਿਆ ਸੀਗਾ, ਉਹ ਇੰਡੀਆ ਦੇ 2500 ਦਾ ਸੀ, ਜਿਹੜਾ ਵਧੀਆ, ਜਿਹੜਾ ਭਾਰਾ ਪਤਾ ਲੱਗੇ ਵੀ ਲਿਆ ਆ ਸਰੀਰ 'ਤੇ, ਉਹ ਨਹੀਂ ਜਾਲੀ ਜਿਹਾ ਨਹੀਂ, ਜਿਹੜਾ ਠੀਕ ਠਾਕ ਮਾੜਾ ਮੋਟਾ, ਉਹ ਪੁੱਛਦਾ ਮੈਂ। ਸੋ ਦੱਸਿਓ ਬਾਈ ਇੰਡੀਆ ਕਿੰਨੇ ਕੁ ਦਾ ਆ? ਅਤੇ ਭਾਅ ਜੀ ਇੱਦਾਂ ਦੇ ਮਿਲਣੀ 'ਚ ਫ੍ਰੀ ਆ ਜਾਂਦੇ, ਗੱਲ ਤਾਂ ਸਹੀ ਹੈ। ਹੁਣ ਸਾਲਾ ਕੰਬਲ ਲੈਣ ਲਈ ਵਿਆਹ ਕਰਾਉਣਾ, ਹਾਸਾ ਬੜਾ ਤਰ੍ਹਾਂ ਖਤਰਨਾਕ ਗਿਆ। ਵੀਰੇ ਐਡਮਿੰਟਨ ਵੀ ਭੇਜ ਦੋ, ਪੂਜਾ ਸੇਠੀ ਛਾਪੜਾ। ਪੂਜਾ ਜੀ ਹੁਣ ਤੁਹਾਡੇ ਘਰ ਵਾਲੇ ਦਾ ਨਾਂ ਛਾਪੜਾ ਆ, ਸੇਠੀ ਆ, ਪਤਾ ਨਹੀਂ ਉਹਨਾਂ ਨੂੰ ਕਹੋ। ਆਪਾਂ ਤਾਂ ਆ ਵੀ ਆ ਬਾਈ, ਵਟ ਇਜ਼ ਦਿਸ, ਵਟ ਇਜ਼ ਦਿਸ, ਵਟ ਇਜ਼ ਦਿਸ, ਕਿਸ ਦਾ ਮਸਤ ਭੈਣ ਦੀ ਆ ਗਿਆ, ਹੈਂ, ਇਹਨੂੰ ਵੀ ਇੰਨੀਆਂ ਬੈਲਟਾਂ ਪਾਈਆਂ ਆ, ਵਟ ਇਜ਼ ਦਿਸ, ਵਟ ਇਜ਼ ਦਿਸ। ਇੰਡੀਆ ਹੁੰਦੀ ਤਾਂ ਹੁਣ ਮੇਰੇ ਵਰਗੇ ਮਰੂੰਡਾ ਵੀ ਖਾ ਲੈਣਾ ਸੀ ਵੇਚ ਕੇ। ਲਓ ਇਹਦੀ ਬੈਲਟਾਂ ਪਾਈ ਫਿਰਦੇ 25 ਦੀ। ਮਿੰਟੂ ਲੁਧਿਆਣਾ, ਲੁਧਿਆਣੇ 'ਚ 100 ਰੁਪਏ ਦਾ, ਸੋਨੂ ਗੋਇਲ 2300, ਸੁਖਵਿੰਦਰ ਸਿੰਘ 2200, ਵਧੀਆ ਕਹਿੰਦਾ ਜਿਹੜਾ ਪਤਾ ਲੱਗੇ ਵੀ ਉੱਤੇ ਸਰੀਰ 'ਤੇ ਲਿਆ ਆ, ਅਤੇ ਇਹਦਾ ਮਤਲਬ ਇੰਡੀਆ 'ਚ 2500-3000 ਦਾ ਆ ਜਾਂਦਾ ਹੈ। ਚਲੋ ਇੱਥੇ ਵੀ ਸਾਰਾ ਸਮਾਨ ਯਾਰ ਇੰਡੀਆ ਤੋਂ ਮੰਗਾ ਲਿਆ ਕੇ ਵੇਚਦੇ ਆ, ਪਾਇਲ ਬਿਜ਼ਨਸ ਸੈਂਟਰ ਲੁਧਿਆਣੇ 100 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਜਾਂਦੇ ਆ, ਸਦਕੇ ਤੇਰੇ ਸ਼ੇਰਾ। ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਂਦੇ ਆ, ਅਤੇ ਹੁਣ ਮੈਂ ਮਾੜਾ ਜਿਹਾ ਫੋਨ ਕਰਾਂ, ਦੋ ਕੁ ਮੇਰੇ ਫੋਨ ਕਰਨ ਵਾਲੇ ਆ। ਸੋ ਸਾਰਿਆਂ ਨੂੰ ਤੁਹਾਨੂੰ ਆਪਾਂ ਕਨੇਡਾ ਦੇ ਦਰਸ਼ਨ ਕਰਾ ਦਿੱਤੇ ਆ, ਅਤੇ ਪਾਇਲ 'ਚ ਵੜਦਿਆਂ ਨੂੰ ਤੁਹਾਨੂੰ ਉੜਤਾ ਪੰਛੀ ਮਿਲਣਾ ਆ। ਸੁੜਤੇ ਪੰਛੀ ਨੂੰ ਆਪਾਂ ਆਪਣੇ ਹੱਥਾਂ ਨਾਲ ਤਾਂ ਚੱਕਣਾ ਨਹੀਂ ਗਾ। ਉੜਤਾ ਪੰਛੀ, ਉੜਤਾ ਪੰਛੀ, ਸਰੀ ਜਾਓ ਪੰਛੀ ਕਰਾਓ। ਓਕੇ ਜੀ, ਅਤੇ ਹੁਣ ਮੈਂ ਮਾੜਾ ਜਿਹਾ ਫੋਨ ਕਰ ਰਿਹਾ 2-3। ਇਹ ਆ ਜੀ ਸਰੀ ਦਾ ਮਸ਼ਹੂਰ ਪਲਾਜ਼ਾ, ਪਾਇਲ ਸੈਂਟਰ। ਸੋ ਜਿਹੜਾ ਵੀਡੀਓ ਸੱਚੇ ਦਿਲੋਂ ਕਰੂ ਸ਼ੇਅਰ, ਨੀਲੀ ਛੱਤ ਵਾਲਾ ਕਰੂ ਮੇਹਰ, ਸ਼ੇਅਰ ਦਾ ਨਤੀਜਾ ਲੱਗ ਜਾਣਾ ਕੈਨੇਡਾ ਦਾ ਵੀਜ਼ਾ। ਅਤੇ ਉਹ ਜਿਹੜਾ ਸ਼ੇਅਰ ਸੱਚੇ ਦਿਲੋਂ ਵੱਧ ਤੋਂ ਵੱਧ ਗਰੁੱਪਾਂ 'ਚ ਪਹੁੰਚਾਊ, ਉਹ ਇੱਕ ਦਿਨ ਪਾਇਲ ਪਲਾਜ਼ੇ 'ਚ ਆ ਗਏ। ਓਹੋ ਪਾਇਲ ਪਲਾਜ਼ੇ 'ਚ ਆ ਗਏ, ਮਿੱਠੀਆਂ ਪਿੰਨੀਆਂ ਖਾਊ। ਗੌਰਵ ਸ਼ਿਸ਼ਟ ਨੇ ਸਟਾਰ ਭੇਜੇ, ਥੈਂਕ ਯੂ। ਅਤੇ ਚੰਗਾ ਵੀ ਮਿੱਤਰੋ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰਿਆਂ ਗਰੁੱਪਾਂ 'ਚ, ਸਾਰਿਆਂ ਦਿਖਾਓ ਵੀ ਕੈਨੇਡਾ 'ਚ ਕੀ
हिसाब किताब आ, वो वो शेयर करो, जोड़ा ज़्यादा शेयर करूँगा मैं दिख जाने, मैं उन्होंने कॉल करूँगा, वो शेयर करो, लिंक पाँव लगा लिंक क्लिक करो, सारे सत श्रीकाल भेटा दिखा लिंदी जसवाल मुंडा डब्बे का, वो वीडियो शेयर करो तो लिंक क्लिक करो तो रेट दस्यो, शुक्रिया।